ਤਾਂ ਸੰਸਕਾਰ ਅਸੀਂ ਅਲੱਗ ਹੀ ਤਰੀਕੇ ਨਾਲ ਹੀ ਕੀਤਾ ਬਸ ਹਾੜੇ ਬੂੜੇ ਕੱਢੇ ਵੀ ਸਾਡੀ ਆਹ ਚਲਾਓ ਬਟ ਉਸ ਸਿਰਫ ਕਾਲਜ ਪੜ੍ਹਦਾ ਸੀਗਾ ਇੱਕ ਕੁੜੀ ਨੂੰ ਉਹਨੇ ਪੁੱਛਿਆ ਪ੍ਰਪੋਜ਼ ਕੀਤਾ ਉਹ ਗੱਲ ਬਿਲਕੁਲ ਸੱਚੀ ਹੈ ਜੀ ਤੁਸੀਂ ਵਰਜਣ ਦੀ ਗੱਲ ਕਰਦੇ ਹੋ ਉਹ ਹੈਗੇ ਆ ਜੀ ਪਰ ਇਹ ਤਾਂ ਦੇਖੋ ਜੀ ਮੈਂ ਤੜਕੇ ਉੱਠ ਕੇ ਆ ਕਰ ਲਗਾ ਪਿਰਿਆ ਦੂੰਗੀ ਜੀ ਤਾਂ ਸਾਡਾ ਚਾਹੇ ਮੈਂ ਕਿਹੜਾ ਨਾਰਕੋ ਟੈਸਟ ਕਰਾ ਲਓ ਪੋਲੀਟੀਕਲ ਲੋਕਾਂ ਦਾ ਵਿੱਚ ਜਿਵੇਂ ਜਿੱਦਾਂ ਦਾ ਉਹ ਬਹੁਤ ਵੱਡਾ ਹੱਥ ਸੀਗਾ ਵੀ ਸਾਡਾ ਕੋਈ ਨਾਮ ਬਣ ਜੇ ਉਦੋਂ ਨੇ ਵੀਡੀਓ ਬਣਾਈ ਤੇ 13-14 ਨੂੰ ਅਸੀਂ ਪਬਲਿਕ ਕਰਤੀ ਉਹ ਜੁਨੀਅਰ ਦੇ ਵਿੱਚ ਸਭ ਤੋਂ ਵੱਡਾ ਹੱਥ ਦਾਦਾ ਜੀ ਦਾ ਰਿਹਾ ਸਰਦਾਰ ਕਰਤਾਰ ਸਿੰਘ ਚੇਅਰਮੈਨ ਜੀ ਦਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਸਤਵੀਰ ਸੱਤੀ ਅਤੇ ਤੁਸੀਂ ਵੇਖ ਰਹੇ ਹੋ ਚੈਨਲ ਸਤਰੰਗ ਦਾ ਪ੍ਰੋਗਰਾਮ ਸਤਰੰਗ ਸੈਲੀਬ੍ਰਿਟੀ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਅਸੀਂ ਸਤਰੰਗ ਸੈਲੀਬ੍ਰਿਟੀ ਦੇ ਵਿੱਚ ਤੁਹਾਨੂੰ ਨਵੀਂ ਨਵੀਂ ਸੈਲੀਬ੍ਰਿਟੀਜ਼ ਦੇ ਨਾਲ ਰੂਬਰੂ ਕਰਵਾਉਂਦੇ ਹਾਂ ਅਤੇ ਅੱਜ ਮੇਰੇ ਨਾਲ ਸਟੂਡੀਓ ਦੇ ਵਿੱਚ ਇੱਕ ਨਹੀਂ ਦੋ ਨਹੀਂ ਪੂਰੀਆਂ 3 ਸੈਲੀਬ੍ਰਿਟੀਜ਼ ਮੌਜੂਦ ਨੇ ਅਤੇ ਉਹ ਸੈਲੀਬ੍ਰਿਟੀਜ਼ ਨੇ ਜਿਨ੍ਹਾਂ ਦੇ ਕਿ ਪੂਰੇ ਯੂਥ ਦੀਵਾਨੀ ਆ ਸੋ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਮੈਂ ਸਵਾਗਤ ਕਰਦਾ ਜੀ ਪ੍ਰੋਡਿਊਸਰ Dxxx ਦੀ ਟੀਮ ਦਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਇੱਕ ਵਾਰ ਮੈਂ ਮਿਲਾ ਦਾਂ ਸਾਰਿਆਂ ਨੂੰ ਵੈਸਾ ਸਾਰੇ ਜਾਣਦੇ ਨੇ ਇੱਧਰ ਭਾਨਾ ਸਿੱਧੂ ਵੀਰਾ ਅਤੇ ਪ੍ਰੋਡਿਊਸਰ Dxxx ਅਤੇ ਉੱਧਰ ਗੁਰਵਿੰਦਰ ਗਿੱਲ ਵੀਰਾ ਅਤੇ ਹੋਰ ਠੀਕ ਠਾਕ ਹੋ ਵੀਰੇ ਕਿਵੇਂ ਹੋ ਸਾਰੇ ਵਧੀਆ ਵਧੀਆ ਠੀਕ ਕਿਵੇਂ ਚੱਲ ਰਿਹਾ ਸਾਰਾ ਸਾਰਾ ਕੰਮ ਕਾਰ ਵਧੀਆ ਚੱਲ ਰਿਹਾ ਜੀ ਪੂਰਾ ਵਧੀਆ ਪਹਿਲਾਂ ਤਾਂ ਮੁਬਾਰਕਾਂ ਜਿਸ ਪਰਪਸ ਕਰਕੇ ਆਪਾਂ ਅੱਜ ਸਟੂਡੀਓ ਦੇ ਵਿੱਚ ਇਕੱਠੇ ਹੋਏ ਹਾਂ ਭੋਲਾ ਬਣੂਗਾ ਸਟਾਰ ਜੋ ਕਿ ਦੇਸੀ ਤੜਕਾ ਵੱਲੋਂ ਅਨਾਊਂਸ ਕੀਤੀ ਗਈ ਹੈ ਨਾ ਵੈਬ ਸੀਰੀਜ਼ ਉਹਦੇ ਲਈ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਪਹਿਲਾਂ ਸਾਰਿਆਂ ਨੂੰ ਥੈਂਕ ਯੂ ਅਤੇ ਉਹਦੇ ਬਾਰੇ ਥੋੜ੍ਹਾ ਜਿਹਾ ਦੱਸ ਦਿਓ ਕਦੋਂ ਆ ਰਹੀ ਹੈ ਅਤੇ ਕੀ ਮਤਲਬ ਕਿ ਸ਼ਡਿਊਲ ਰਹੂਗਾ ਉਹਦਾ ਭੋਲਾ ਬਣੂਗਾ ਸਟਾਰ ਸਾਡੀ ਵੈਬ ਸੀਰੀਜ਼ ਜਿਹੜੀ ਆ ਰਹੀ ਹੈ ਜੀ ਇਹ 8 ਮਈ ਨੂੰ ਆ ਰਹੀ ਹੈ ਪਹਿਲਾ ਐਪੀਸੋਡ ਜੀ ਅਤੇ 1 ਮਈ ਨੂੰ ਸਾਡਾ ਟੀਜ਼ਰ ਆ ਜਾਣਾ ਪੋਸਟਰ ਇਹਦਾ ਅਨਾਊਂਸ ਕਰ ਦਿੱਤਾ ਸੀ ਅਤੇ ਇਹ ਭੋਲਾ ਬਣੂਗਾ ਸਟਾਰ ਜਿਹੜੀ ਵੈਬ ਸੀਰੀਜ਼ ਆ ਇਹ ਦੇਸੀ ਤੜਕਾ ਚੈਨਲ 'ਤੇ ਆ ਰਹੀ ਹੈ ਦੇਸੀ ਤੜਕਾ ਚੈਨਲ ਆ ਯੂਟਿਊਬ 'ਤੇ ਉਹ 'ਤੇ ਹਰ ਬੁੱਧਵਾਰ ਨੂੰ ਸ਼ਾਮੀ 5 ਵਜੇ ਆਇਆ ਕਰਨੀ ਆ ਅਤੇ ਇਹਦੇ ਵਿੱਚ ਸਿੰਗਰ ਨੂੰ ਸਿੰਗਰ ਦਾ ਸੰਘਰਸ਼ ਦਿਖਾਇਆ ਗਿਆ ਇਹਦੇ ਵਿੱਚ ਵੀ ਸਿੰਗਰ ਕਿੱਦਾਂ ਸੰਘਰਸ਼ ਕਰਕੇ ਉੱਪਰ ਤੱਕ ਜਾਂਦਾ ਕਿੱਦਾਂ ਉਹਨੂੰ ਬਾਉਂਡ ਕਰ ਲੈਂਦੇ ਨੇ ਕਿੱਦਾਂ ਕਿੱਦਾਂ ਕਰਕੇ ਉਹਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਆਪਾਂ ਉਹਦੇ ਬਾਰੇ ਥੋੜ੍ਹੀ ਗੱਲ ਬਾਅਦ 'ਚ ਕਰਾਂਗੇ ਕਿਉਂਕਿ ਆਪਾਂ ਹਲੇ ਸਿਰਫ ਮੈਂ ਤੁਹਾਨੂੰ ਪਹਿਲਾਂ ਪੋਸਟਰ ਲੁੱਕ ਦੇ ਉੱਪਰ ਮੁਬਾਰਕ ਦੇਣੀ ਸੀਗੀ ਪੂਰੀ ਆਪਾਂ ਵੈਬ ਸੀਰੀਜ਼ ਦੇ ਬਾਰੇ ਗੱਲ ਹੁਣ ਵਿੱਚ ਕਰਾਂਗੇ ਹੈ ਨਾ ਉਸ ਤੋਂ ਪਹਿਲਾਂ ਆਪਾਂ ਪਹਿਲਾਂ ਤੁਹਾਡੇ ਬਾਰੇ ਜਾਣ ਲਈਏ ਕਿ ਆਮ ਪਿੰਡਾਂ ਦੇ ਮੁੰਡੇ 3 ਹੈ ਨਾ ਕੋਈ ਮਤਲਬ ਕਿ ਇਸ ਲਾਈਨ ਨਾਲ ਕੋਈ ਵਾਹ ਵਾਸਤਾ ਨਹੀਂ ਹੈਗਾ ਅਤੇ ਇੱਧਰ ਆਉਣ ਦਾ ਕਿਵੇਂ ਬਣ ਗਿਆ ਇੱਧਰ ਅਸੀਂ 3 ਜਣੇ ਤਾਂ ਕਾਨੂੰਨ ਵੈਸੇ ਅਸੀਂ ਹੈਗੇ 8-9 ਜਾਣੇ ਪਿੰਡ ਦੇ ਵਿੱਚ ਸਾਰੇ ਮੁੰਡੇ ਸਾਡੇ ਸਕਿਆਂ ਚ ਹਾਂਜੀ ਬਿਲਕੁਲ ਬਿਲਕੁਲ ਅਸੀਂ ਪਹਿਲਾਂ 18 ਜੂਨ 2010 ਦੇ ਵਿੱਚ ਇੱਕ ਫਿਲਮ ਬਣਾਈ ਛੋਟੀ ਜਿਹੀ ਲੋਫਰ ਜੱਟ ਕੋਟ ਦਿੰਦੇ ਨੇ ਉਹ ਅਸੀਂ ਉੱਦਾਂ ਹੀ ਕੈਮਰੇ ਨਾਲ ਕਰਕੇ ਉਹਦੀ ਡਿਸਕਾ ਬਣਾ ਲਈਆਂ ਅਸੀਂ ਡਿਸਕਾ ਬਣਾ ਕੇ ਕਿਹਾ ਕਿ ਸਾਡੀ ਬੱਸਾਂ 'ਚ ਵੰਡਦੇ ਕਿ ਸਾਡੀ ਆਹ ਮੂਵੀ ਚਲਾ ਦਿਉ ਇੱਕ ਜਿਹੜਾ ਮਰਸੜੀ ਬਿੰਜ ਵਗੈਰਾ ਬਠਿੰਡਾ ਟੂ ਚੰਡੀਗੜ੍ਹ ਜਾਂਦੇ ਹੁੰਦੇ ਉਹਨਾਂ ਨੂੰ ਵੰਡਤੀਆਂ ਵੀ ਸਾਡੀ ਚਲਾ ਦਿਉ ਪਰ ਕਿਸੇ ਨੇ ਇੰਨਾ ਜ਼ਿਆਦਾਤਰ ਚਲਾਈਆਂ ਕੇਵਲ ਤਾਰਾਂ ਨੂੰ ਉੱਥੇ ਰੱਖਿਆ ਹਾੜੇ ਹੂੜੇ ਕੱਢੇ ਵੀ ਸਾਡੀ ਆਹ ਚਲਾਓ ਪਰ ਕਿਸੇ ਨੇ ਚਲਾਈ ਨਹੀਂ ਉਸ ਤੋਂ ਬਾਅਦ ਅਸੀਂ 2015-16 ਦੇ ਵਿੱਚ ਅਸੀਂ ਫੇਸਬੁੱਕ ਯੂਜ਼ ਕਰਨ ਲੱਗੇ ਪਹਿਲਾਂ ਸਾਨੂੰ ਫੇਸਬੁੱਕ ਬਾਰੇ ਪਤਾ ਨਹੀਂ ਸੀਗਾ ਅਤੇ ਫਿਰ ਹੌਲੀ ਹੌਲੀ ਅਸੀਂ ਫੇਸਬੁੱਕ 'ਤੇ ਐਕਟਿਵ ਹੋਏ ਇੰਸਟਾਗ੍ਰਾਮ 'ਤੇ ਕਿਆ ਬਾਤ ਹੈ ਅਤੇ ਹੁਣ ਭਾਨੇ ਵੀਰੇ ਨੂੰ ਪੁੱਛੂੰਗਾ ਪ੍ਰੋਡਿਊਸਰ Dxxx ਟੀਮ ਇਹ ਨਾਮ ਕਿੱਦਾਂ ਪਿਆ ਇਹ ਨਾਮ ਤਾਂ ਇੱਦਾਂ ਸੀ ਬ੍ਰਦਰ ਜਦੋਂ 2010 'ਚ ਅਸੀਂ ਫਿਲਮ ਬਣਾਈ ਸੀਗੀ ਨਾ ਉਦੋਂ ਨਾ ਅਸੀਂ ਨਾ ਸੋਚਿਆ ਵੀ ਇਹਦਾ ਅਸੀਂ ਨਾਮ ਇਹਨੂੰ ਅਸੀਂ ਪ੍ਰੋਡਿਊਸਰ ਕਹਿਣ ਲੱਗ ਗਏ ਇਹਨੂੰ ਇਹਦਾ ਵੈਸੇ ਤੁਹਾਨੂੰ ਰੀਅਲ ਨਾਮ ਨਹੀਂ ਦੱਸਾਂਗੇ ਜਿਹੜਾ ਇਹ ਨਾਮ ਮੈਂ ਪੁੱਛਣਾ ਸੀਗਾ ਭਾਜੀ ਉਹ ਵੈਸੇ ਰਿਵੀਲ ਨਹੀਂ ਕਰਿਆ ਨਹੀਂ ਨਹੀਂ ਉਹਦਾ ਸੌਰੀ ਤੁਸੀਂ ਨਾ ਹੀ ਪੁੱਛਿਓ ਅਤੇ ਉਹ ਨਾ ਜਿਹੜਾ ਸੀ ਇਹਦਾ ਨਾਮ ਅਸੀਂ ਪ੍ਰੋਡਿਊਸਰ ਕਹਿਣ ਲੱਗ ਗਏ ਉਹਦੇ ਨਾਲ ਅਸੀਂ ਮਿਲ ਕੇ ਕੰਮ ਕਰਦੇ ਹੁੰਦੇ ਸੀਗੇ ਅਸੀਂ ਉੱਦਾਂ ਸਾਡੀ ਇਹ ਪ੍ਰੋਡਿਊਸਰ Dxxx ਮੈਂ ਕਿਹਾ ਬੰਦੇ ਪ੍ਰੋਡਿਊਸਰ ਦੇ ਕਿਸੇ ਧੱਕੇ ਤਾਂ ਨਹੀਂ ਚੜੇ ਨਾ ਪ੍ਰੋਡਿਊਸਰ ਦੇ ਅਸੀਂ ਕਿਸੇ ਧੱਕੇ ਨਹੀਂ ਚੜੇ ਜੋ ਵੀ ਸਾਨੂੰ ਸਹਿਯੋਗ ਦਿੱਤਾ ਜੋ ਸਾਨੂੰ ਸਹਾਰਾ ਦਿੱਤਾ ਸੋਸ਼ਲ ਨੈਟਵਰਕ ਨੇ ਸਾਨੂੰ ਅੱਗੇ ਲੈ ਕੇ ਆਇਆ ਜਿਹੜਾ ਸਾਨੂੰ ਸੋਸ਼ਲ ਮੀਡੀਆ ਇੰਸਟਾਗ੍ਰਾਮ ਫੇਸਬੁੱਕ ਜੋ ਵੀ ਜਿੱਦਾਂ ਦੇ ਵੀ ਐਪ ਨੇ ਸਾਨੂੰ ਇਹ ਚੀਜ਼ਾਂ ਅੱਗੇ ਲੈ ਕੇ ਆਈਆਂ ਨੇਗੀਆਂ ਕੋਈ ਅਸੀਂ ਕਿਸੇ ਕੰਪਨੀ ਕੋਲੇ ਨਹੀਂ ਗਏ ਕੋਈ ਅਸੀਂ ਕਿਸੇ ਕੋਲੇ ਪ੍ਰੋਡਿਊਸਰ ਕੋਲੇ ਨਹੀਂ ਗਏ ਜੀ ਅਤੇ ਵੈਸੇ ਪੂਰੀ ਟੀਮ ਹੈ ਜਿਹੜੀ ਉਹ ਕਿੱਦਾਂ ਇਕੱਠੀ ਹੋਈ 3 ਵੈਸੇ ਇੱਕੋ ਫੈਮਿਲੀ ਦੇ ਵਿੱਚੋਂ ਜਾਂ ਪਿੰਡ ਇੱਕੋ ਹੈ ਅਸੀਂ ਤਾਂ ਇਹ ਸਾਡਾ ਗਿੱਲਾਂ ਦਾ ਮੁੰਡਾ ਇਹ ਸਾਡੇ ਭਰਾਵਾਂ ਵਰਗੇ ਹੈ ਵੀ ਪਰ ਅਸੀਂ ਚਾਚੇ ਤਾਇਆਂ ਦੇ ਮੁੰਡੇ ਹਾਂ ਜਿਹੜੇ ਅਸੀਂ ਕਿਉਂਕਿ ਮੈਂ ਤੇ ਪ੍ਰੋਡਿਊਸਰ ਸ਼ੁਰੂ ਤੋਂ ਲੈ ਇਕੱਠੀ ਪੜਿਆ ਅਸੀਂ ਸਰਕਾਰੀ ਸਕੂਲ ਦੇ ਵਿੱਚ ਪੜਿਆ ਸੌਰੀ ਤੁਹਾਡੀ ਗੱਲ ਕੱਟ ਰਿਹਾ ਇਹਦੇ ਬਾਰੇ ਆਪਾਂ ਗੁਰਵਿੰਦਰ ਵੀਰੇ ਤੋਂ ਪੁੱਛਦੇ ਹਾਂ ਵੀਰੇ ਤੁਸੀਂ ਦੱਸੋ ਕਿੱਦਾਂ ਮਤਲਬ ਕਿ ਦੋਵਾਂ ਨਾਲ ਟਿਊਨਿੰਗ ਬੈਠੀ ਦੇਖੋ ਜੀ ਮੰਨ ਲਈ ਇਹ ਭਾਨਾ ਅਤੇ ਪ੍ਰੋਡਿਊਸਰ ਇਹ ਦੋਨੇ ਇਕੱਠੇ ਪੜ੍ਹਦੇ ਹੁੰਦੇ ਸੀ ਜਿਹੜਾ ਆਵਣਾ ਚੇਅਰਮੈਨ ਅਤੇ ਮੈਂ ਉਹ ਅਸੀਂ ਦੋਨੇ ਇਕੱਠੇ ਪੜ੍ਹਦੇ ਅਤੇ ਆਵਣਾ ਚੇਅਰਮੈਨ ਭਾਨੇ ਦਾ ਰੀਅਲ ਬ੍ਰਦਰ ਆ ਠੀਕ ਆ ਨਾ ਅਤੇ ਉਹਦੇ ਨਾਲ ਹੀ ਅਸੀਂ ਇੱਕ ਦੂਜੇ ਨਾਲ ਸਾਡੇ ਪਹਿਲੀ ਤੋਂ ਲੈ ਕੇ ਅਸੀਂ ਮੰਨ ਲਈ MA ਤੱਕ ਇਕੱਠੀ ਪੜ੍ਹਦੇ ਰਹੇ ਹਾਂ ਅਸੀਂ ਠੀਕ ਆ ਇਹ ਦੁਆ ਇਹਨਾਂ ਦੇ ਘਰੇ ਆਉਣਾ ਜਾਣਾ ਹੁੰਦਾ ਬਸ ਅਸੀਂ ਚਾਰੇ ਟੀਮ ਤਾਂ ਇਕੱਠੀ ਹੋਈ ਹੈ ਸਾਡੀ ਕੀ ਬਾਤ ਹੈ ਹਾਂਜੀ ਅਤੇ ਉਸ ਤੋਂ ਬਾਅਦ ਮਤਲਬ ਕਿ 2010 ਤੋਂ ਇਕੱਠੇ ਹੋ ਨਹੀਂ ਪਹਿਲਾਂ ਇਕੱਠੇ ਤਾਂ ਅਸੀਂ ਪਹਿਲਾਂ ਤੋਂ ਆ ਜੀ ਅੱਛਾ ਪਹਿਲਾਂ ਹਾਂਜੀ ਹਾਂਜੀ ਇੱਧਰ ਨੂੰ ਆਉਣ ਦਾ ਮਤਲਬ ਕਿ ਇਕੱਠੇ ਫਿਰ ਐਂਦੇ ਸਰਕਾਰੀ ਸਕੂਲ 'ਚ ਪੜ੍ਹਦੇ ਹੁੰਦੇ ਸਾਰੇ ਇਕੱਠੇ ਬਾਹਰ ਬੂਹਰ ਭੱਜ ਭੁੱਜ ਜਾਂਦੇ ਝੋਲੇ ਝੋਲੇ ਚੱਕ ਕੇ ਜੀ ਤਰੀਕਾ ਤਾਂ
ਸਾਡਾ ਹੁਣ ਆਪਾਂ ਇੰਟਰਵਿਊ ਦੇ ਵਿੱਚ ਤਾਂ ਉੱਦਾਂ ਦੀ ਆਪਾਂ ਗੱਲ ਨਹੀਂ ਕਰ ਸਕਦੇ, ਪਰ ਸਾਰਿਆਂ ਨੂੰ ਪਤਾ ਹੈ ਨਾ ਕਿੱਦਾਂ ਦਾ ਮਾਹੌਲ ਹੈਗਾ ਸਾਰਾ। ਅਤੇ ਉਹ ਪਹਿਲੀ ਜਿਹੜੀ ਫਿਲਮ ਸੀਗੀ ਉਹਦੇ ਵਿੱਚ ਕਿੱਥੋਂ ਥੋਟ ਆਇਆ ਸੀਗਾ, ਉਹ ਕਿਹਨੇ ਲਿਖੀ ਸੀ, ਕਿੱਦਾਂ ਦਾ ਸੀਗਾ ਉਹ ਸਾਰਾ? ਇਹ ਤਾਂ ਤੁਹਾਨੂੰ ਪ੍ਰੋਡਿਊਸਰ ਦੱਸਣਗੇ ਜੀ। ਲਿਖਣ ਨੂੰ ਉਹਦੇ ਵਿੱਚ ਕੋਈ ਸਟੋਰੀ ਨਹੀਂ ਸੀ, ਕੁਛ ਨਹੀਂ ਸੀਗਾ ਉਹਦੇ ਵਿੱਚ, ਉਹਦੇ ਵਿੱਚ ਥੋੜ੍ਹੇ ਬਹੁਤ ਡਾਇਲੋਗ ਸੀ, ਜ਼ਿਆਦਾਤਰ ਉਹਦੇ ਵਿੱਚ ਗਾਣੇ ਸੀਗੇ। ਸਾਨੂੰ ਇੰਨਾ ਕੁਛ ਪਤਾ ਨਹੀਂ ਸੀਗਾ ਉਦੋਂ, ਜ਼ਿਆਦਾਤਰ ਬਸ ਉਹੀ ਕਿਹਾ ਵੀ ਚੱਲ ਫਿਲਮ ਬਣਾਉਣੀ ਹੈ, ਉਹੀ ਅਸੀਂ ਚੱਕ ਕੇ ਇੱਕ ਬੰਦੇ ਨੂੰ ਮੰਮੀ ਰੀ ਪਾ ਕੇ ਪੇਪਰ ਟੰਗ ਕੇ ਫਾਂਸੀ ਦੇ ਦਿੱਤੀ, ਉਹਦੇ ਲਿਫਾਫਾ ਚੜਾ ਕੇ ਇੱਦਾਂ ਹੀ ਚੱਕ ਕੇ ਉਹ ਕਹਿੰਦਾ ਮੇਰੀ, ਅਸੀਂ ਉਹਨੂੰ ਪੁੱਛਿਆ ਵੀ ਤੇਰੀ ਆਖਰੀ ਇੱਛਾ ਕੀ ਆ, ਕਹਿੰਦਾ ਮੇਰਾ ਸੰਸਕਾਰ ਅਲੱਗ ਤਰੀਕੇ ਨਾਲ ਕੀਤਾ ਜਾਵੇ। ਉਹ ਸੰਸਕਾਰ ਬੁਲਬਲੇ ਬੁਲਬਲੇ ਬੰਨ ਕੇ ਫਾਇਰ ਫੂਰ ਕੱਢ ਕੇ ਤੌੜਾ ਭੰਨ ਕੇ, ਉਹ ਸੰਸਕਾਰ ਅਸੀਂ ਅਲੱਗ ਜਿਹੇ ਤਰੀਕੇ ਨਾਲ ਹੀ ਕੀਤਾ। ਬਸ ਉਹਦੇ ਵੀਡੀਓ ਵਿੱਚ ਜ਼ਿਆਦਾਤਰ ਗਾਣੇ ਗਾਏ ਗਏ ਨੇ, ਡਾਇਲੋਗ ਤਾਂ ਬਹੁਤ ਘੱਟ ਸੀਗੇ, ਵੈਸੇ ਸਾਨੂੰ ਸ਼ੌਂਕ ਸੀਗਾ, ਬਸ ਅਸੀਂ ਟਰਾਈ ਕੀਤਾ ਪਹਿਲੀ ਵਾਰ। ਤੁਹਾਡਾ ਮੇਨ ਮੋਟਿਵ ਸਿੰਗਿੰਗ ਸੀਗਾ ਜਾਂ ਮਤਲਬ ਐਕਟਿੰਗ ਸੀਗਾ? ਸਾਡਾ ਤਾਂ ਕੋਈ ਵੀ ਨਹੀਂ ਕਹਿੰਦਾ, ਸਾਡਾ ਮੇਨ ਮੋਟਿਵ ਸਿਰਫ ਐਂਟਰਟੇਨ ਕਰਨਾ ਹੈ ਆਡੀਅੰਸ ਨੂੰ, ਉਹ ਕਰ ਰਹੇ ਹੋ ਲੋਕ ਹੀ ਅੱਗੇ ਲੈ ਕੇ ਆ ਰਹੇ, ਲੋਕਾਂ ਦਾ ਪਿਆਰ ਹੀ ਅੱਗੇ ਲੈ ਕੇ ਆਏ ਹਨਾ। ਅਤੇ ਸਾਡਾ ਕੋਈ ਐਕਟਰ ਬਣਨ ਦਾ ਜਾਂ ਕੋਈ ਸ਼ੌਂਕ ਨਹੀਂ ਸੀ ਹੈਗਾ, ਕਿਉਂਕਿ ਸਾਨੂੰ ਤਾਂ ਸੋਸ਼ਲ ਨੈਟਵਰਕ ਦੇ ਸੀ, ਤੁਹਾਨੂੰ ਸਟਾਰਟਿੰਗ 'ਚ ਤੁਹਾਨੂੰ ਰੀਅਲ ਕਹਾਣੀ ਦੱਸ ਦਈਏ। ਹਾਂਜੀ ਦੱਸਾਂ ਜੀ ਪ੍ਰੋਡਿਊਸਰ ਸਾਹਿਬ ਅਸਲੀ ਕਹਾਣੀ। ਸਾਡਾ ਜਿਹੜਾ ਇੰਸਟਾਗ੍ਰਾਮ 'ਤੇ ਮੇਨ ਮੰਨ ਕੇ ਚੱਲ ਫੋਟੋਆਂ ਪਾਉਣ ਦਾ ਕੰਮ ਸੀਗਾ, ਅਸੀਂ ਇੰਸਟਾਗ੍ਰਾਮ ਸਾਨੂੰ ਇੰਸਟਾਗ੍ਰਾਮ ਨੇ ਸਾਨੂੰ ਬਹੁਤ ਕੁਛ ਦਿੱਤਾ, ਅਸੀਂ ਨਾ ਤਾਂ ਇੱਕ ਫੋਟੋ ਪਾਉਂਦੇ ਸੀਗੇ, ਫੋਟੋ ਅਸੀਂ ਸਿਰਫ ਇੱਕ ਵੀ ਮੰਨ ਕੇ ਚੱਲ ਯੂਥ ਨੂੰ ਜਾਂ ਜਿਵੇਂ ਕਹਿ ਦਈਏ ਸਾਡਾ ਇੱਕ ਵੀ ਅਸੀਂ ਵੀ ਕੁੜੀਆਂ ਨੂੰ ਜਾਂ ਪਸੰਦ ਆਵੇਗੀ ਹਾਸੀ ਵਾਲੀ ਗੱਲ ਹੈ ਨਾ, ਵੀ ਅਸੀਂ ਕਿਉਂਕਿ ਮੁੰਡੇ ਅੱਜ ਕੱਲ੍ਹ ਯੂਥ 'ਤੇ ਤੁਸੀਂ ਦੇਖਿਆ ਗਿੜੀਆਂ ਗੁੜੀਆਂ ਲਾਉਂਦੇ ਨੇ, ਅਸੀਂ ਆਖੇ ਵੀ ਇੱਥੇ ਕੁੜੀਆਂ ਨੂੰ ਪ੍ਰਭਾਵਿਤ ਕਰ ਸਕਦੇ ਹਾਂ ਵੀ ਅਸੀਂ ਉਹਦੇ ਫੋਟੋਆਂ ਦੀ ਕਲਾ ਦਿਖਾ ਕੇ। ਬਿਲਕੁਲ ਸਾਨੂੰ ਕੋਈ ਸਾਨੂੰ ਤਾਂ ਐਕਟਿੰਗ ਲੈਣ ਦਾ ਸ਼ੌਂਕ ਨਹੀਂ, ਜੋ ਸਾਡੇ ਦੇਖਿਆ ਫੇਸਬੁੱਕ ਇੰਸਟਾਗ੍ਰਾਮ ਸਾਡਾ ਇੰਨਾ ਕੁ ਪ੍ਰਮੋਟ ਹੋਣ ਲੱਗ ਗਿਆ, ਇਸ ਤੋਂ ਬਾਅਦ ਇੰਸਟਾਗ੍ਰਾਮ ਦੀ ਵੀਡੀਓ ਬਣਾਈਆਂ, ਫਿਰ ਇਸ ਤੋਂ ਬਾਅਦ ਯੂਟਿਊਬ 'ਤੇ ਆਏ, ਇੱਦਾਂ ਫਿਰ ਇੱਦਾਂ ਸਾਡਾ ਕੰਮ ਹੋ ਗਿਆ। ਸਾਨੂੰ ਨਹੀਂ ਸੀ ਪਤਾ ਵੀ ਅਸੀਂ ਕੋਈ ਅਸੀਂ ਐਕਟਿੰਗ ਲੈਣ ਚੁਣੀਆਂ ਜਾਂ ਹੋਰ, ਅਸੀਂ ਪਹਿਲਾਂ ਅਸੀਂ ਫਣੀ ਆਪਦੇ ਕਰਕੇ ਪਹਿਲਾਂ ਜਿਹੜੀ ਪਹਿਲਾਂ ਵੀ ਅਸੀਂ ਬਣਾਈ ਸੀਗੀ ਨਾ, ਉਹ ਪਹਿਲਾਂ ਵਾਲੀ ਮੂਵੀ ਬਣਾਈ ਸੀ, ਜੇ ਮੈਂ ਉਹਦਾ ਰਾਜ ਦੱਸਦਾ ਉਹਦਾ ਰਾਜ ਤਾਂ ਹੈ ਹੀ ਬੜਾ ਵੱਡਾ, ਪਰ ਮੈਂ ਹੁਣ ਦੱਸਣ ਲਈ ਚਾਹੂੰਗਾ। ਮੇਰੇ ਵੈਸੇ ਨਾ ਸਤਰੰਗ ਸੈਲੀਬ੍ਰਿਟੀ ਦੇ ਵਿੱਚ ਅਸੀਂ ਨਾ ਜ਼ਿਆਦਾ ਵੱਡੇ ਖੁਲਾਸੇ ਕਰੀਦੇ ਹਾਂ, ਸਾਡਾ ਜ਼ਿਆਦਾ ਵੱਡੇ ਖੁਲਾਸੇ ਵਾਲਾ ਜ਼ਿਆਦਾ, ਅਤੇ ਖੁਲਾਸੇ ਹੀ ਆਪਾਂ ਕਰਨੇ ਇਹਦੇ ਵਿੱਚ। ਫਿਰ ਖੁਲਾਸਾ ਮੈਂ ਕਰ ਹੀ ਦਿੰਦਾ, ਜਿਹੜੀ ਅਸੀਂ ਪਹਿਲਾਂ ਵਾਲੀ ਵੀਡੀਓ ਬਣਾਈ ਸੀ, ਜਿਹੜੀ ਫਸਟ ਅਸੀਂ ਮੂਵੀ ਬਣਾਈ ਸੀਗੀ, ਮੰਨ ਕੇ ਚੱਲੋ ਅਸੀਂ ਵਧੀਆ ਅਸੀਂ ਕੈਮਰਾ ਸਟੂਡੀਓ ਨੂੰ ਲੈ ਕੇ ਆਉਂਦਾ, ਪਰ ਨਾਲੇ ਸਪੈਸ਼ਲੀ ਹਾਂਜੀ ਪ੍ਰੋਡਿਊਸਰ ਕਾਲਜ ਪੜ੍ਹਦਾ ਸੀਗਾ ਵੀ ਅਸੀਂ ਕਾਲਜ ਪੜ੍ਹਦੇ ਸੀਗੇ, ਇਹਦੀ ਸੀਗੀ ਅਸਲ ਇਹਦੀ ਇੱਕ ਇੱਕ ਕੁੜੀ ਨੂੰ ਉਹਨੇ ਪੁੱਛਿਆ ਪ੍ਰਪੋਜ਼ ਕੀਤਾ, ਉਹ ਕੁੜੀ ਜਵਾਬ ਦੇ ਗਈ ਉਹਨੂੰ, ਇੱਕ ਤਾਂ ਮੈਂ ਮੰਨ ਕੇ ਚੱਲ ਵੀ ਕੁੜੀ ਨੂੰ ਵੀ ਪ੍ਰਭਾਵਿਤ ਕਰਨਾ ਜੀ। ਹੁਣ ਮੈਂ ਤਾਂ ਇਹਦੇ ਨਾਲ ਸ਼ੁਰੂ ਤੋਂ ਹੀ ਸਹਿਯੋਗ ਦਿੰਦਾ ਆ, ਕਿਤੇ ਵੀ ਇਹ ਹੋਵੇ ਕੋਈ ਔਖ ਸੌਖ 'ਚ ਮੈਂ ਇਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦਾ ਹੁਣ, ਮੈਂ ਕੋਈ ਗੱਲ ਨਹੀਂ, ਕਹਿੰਦਾ ਮੈਂ ਫਿਲਮ ਬਣਾਵਾਂਗਾ, ਬਣਾ ਲਾ ਫਿਲਮ ਬਣਾ ਲਾ। ਅਤੇ ਉਹ ਜਿਹੜੀ ਫਿਲਮ ਬਣਾਈ ਸੀ ਉਹਨੂੰ ਪ੍ਰਭਾਵਿਤ ਕਰਨ ਦੇ ਲਈ ਇਹਨੇ ਬਣਾਈ ਸੀਗੀ, ਮੈਂ ਦੱਸਣਾ ਚਾਹੁੰਦਾ ਵੀ ਮੈਂ ਵੀ ਕੁਛ ਹੈਗਾ। ਬਾਅਦ 'ਚ ਹੋਈ ਕੁੜੀ ਨਾਲ ਗੱਲਬਾਤ? ਹਾਂ ਕੁੜੀ ਨਾਲ ਤਾਂ ਹੁਣ ਤੁਹਾਨੂੰ ਪਤਾ ਹੀ ਆ ਜੀ, ਹੁਣ ਤਾਂ ਮੁੰਡਾ ਮੁੰਡੇ ਸਾਡੇ ਚੜ੍ਹਾਈ ਹੈ, ਹੁਣ ਤਾਂ ਕੋਈ ਗੱਲ ਹੀ ਨਹੀਂ, ਪਰ ਜਿਹੜੀ ਫਸਟ ਗੱਲ ਸੀਗੀ ਉਹ ਕੁੜੀ ਨੂੰ ਲੈ ਕੇ ਸਾਰੀ ਦਿਮਾਗ 'ਚ ਗੱਲ ਆਈ ਸੀਗੀ, ਉੱਥੋਂ ਹੀ ਬਸ ਐਵੇਂ ਅੱਗੇ ਅੱਗੇ ਵੱਧਦੇ ਗਏ। ਅੱਛਾ ਅੱਗੇ ਹਾਂਜੀ ਹਾਂਜੀ ਚੱਲਦਾ ਰਿਹਾ, ਚਲੋ ਵਧੀਆ। ਇਹ ਵੱਡਾ ਖੁਲਾਸਾ ਹੈਗਾ, ਅੱਜ ਤੱਕ ਕਿਸੇ ਨੂੰ ਅਜੇ ਦੱਸਿਆ ਵੀ ਨਹੀਂ ਹੈਗਾ ਸੀ, ਇਹ ਫਸਟ ਟਾਈਮ ਤੁਹਾਡੇ ਤੁਸੀਂ ਪੁੱਛ ਲਈ ਗੱਲ, ਹੁਣ ਦਿਮਾਗ 'ਚ ਆ ਗਈ ਹੈ, ਦੱਸਤੀ। ਅੱਛਾ ਜੀ, ਅਤੇ ਇਹ ਹੈ ਫਿਰ ਵੱਡਾ ਸਭ ਤੋਂ ਖੁਲਾਸਾ? ਹਾਂਜੀ ਹਾਂਜੀ, ਜਿਹੜਾ ਚੈਨਲ ਸਤਰੰਗ ਦੇ ਉੱਪਰ ਪਹਿਲੀ ਵਾਰ, ਇਹ ਪਹਿਲੀ ਵਾਰ ਖੁਲਾਸਾ ਹੋਇਆ ਜੀ, ਮੈਂ ਕਹਿੰਦਾ ਤੁਸੀਂ ਸਵਾਲ ਹੀ ਇਹੋ ਜਿਹਾ ਕਰ ਲਿਆ ਕਿ ਸਾਨੂੰ ਜਵਾਬ ਦੇਣ ਦਾ ਕੋਈ ਹੋਰ ਲੱਭੇ ਨਹੀਂ ਤਰੀਕਾ, ਦੱਸਣਾ ਪਿਆ। ਚਲੋ ਆਪਾਂ ਹੁਣ ਪ੍ਰੋਡਿਊਸਰ ਵੀਰ ਤੋਂ ਪੁੱਛਦੇ ਹਾਂ, ਕਿੰਨੇ ਵੀਰੇ ਸੱਚੀ ਹੈ ਗੱਲ? ਕਿਉਂਕਿ ਤੁਹਾਡੀ ਸਟੋਰੀਆਂ ਸਾਰੇ ਦੇਖਦੇ ਹਾਂ, ਮੈਂ ਨਹੀਂ ਇਕੱਲਾ, ਸਾਰਾ ਪੂਰਾ ਪੰਜਾਬ ਪੂਰਾ ਵਰਲਡ ਦੇ ਵਿੱਚ ਦੇਖੀ ਜਾਂਦੀ। ਹਾਂਜੀ ਹਾਂਜੀ, ਉਹਦੇ ਵਿੱਚ ਤੁਹਾਡੀ ਇੱਕ ਗੱਲ ਜ਼ਿਆਦਾਤਰ ਸੁਣੀ ਜਾਂਦੀ ਹੈ ਜਿਹੜੀ ਮੈਂ ਹੁਣ ਇਹਦੇ ਉੱਤੇ ਨਹੀਂ ਦੱਸ ਸਕਦਾ। ਅੱਛਾ ਜੀ, ਮਤਲਬ ਕੁੜੀਆਂ ਵਾਲੀ ਥੋੜ੍ਹੀ ਜਿਹੀ ਗੱਲ ਸੁਣੀ ਜਾਂਦੀ ਹੈ, ਸਾਰਿਆਂ ਨੂੰ ਵੈਸੇ ਸਮਝ ਗਏ ਹੋਣੇ ਬੰਦੇ, ਸਮਝ ਗਏ ਹੋਣੇ ਜੀ। ਤੇ ਉਹ ਗੱਲ ਦੇ ਵਿੱਚ ਸੱਚਾਈ ਹੈ? ਉਹ ਗੱਲ ਬਿਲਕੁਲ ਸੱਚੀ ਹੈ ਜੀ, ਬਿਲਕੁਲ ਸੱਚਾਈ ਹੈ ਉਹ ਗੱਲ 'ਚ ਜੀ। ਅਸੀਂ ਹੈਗੇ ਹਾਂ ਜੀ, ਤੁਸੀਂ ਵਰਜਣ ਦੀ ਗੱਲ ਕਰਦੇ ਹੋ, ਉਹ ਹੈਗੇ ਹਾਂ ਜੀ, ਸਹੀ ਗੱਲ ਆ, ਅਸੀਂ ਹੈਗੇ ਹਾਂ। ਸਾਡੀ ਟੀਮ ਦੇ ਵਿੱਚ ਜਿਹੜੀ ਅਸਲੀ ਗੱਲ ਆ, ਅਸੀਂ ਵੀ ਸਭ ਤੋਂ ਵੱਡੀ ਉਮਰ ਇਹ ਦੋਨੇ ਆ, ਸਾਡੀ ਉਮਰ ਸੇਮ ਹੀ ਆ। ਅੱਛਾ ਜੀ, ਤੇ ਦੋ ਬੰਦੇ ਦਾ ਅਸੀਂ ਕਹਿ ਨਹੀਂ ਸਕਦੇ, ਇਹ ਗੁਰਵਿੰਦਰ ਗਿੱਲ ਆਮਣਾ ਚੇਅਰਮੈਨ, ਸਤਾਨ ਬੰਦਾ, ਹਾਂ ਇਹਨਾਂ ਦਾ ਅਸੀਂ ਕਹਿ ਨਹੀਂ ਸਕਦੇ, ਅਸੀਂ ਆਪਦਾ ਸਾਡਾ ਚਾਹੇ ਮੈਂ ਕਿਹੜਾ ਨਾਰਕੋ ਟੈਸਟ ਕਰਾ ਲਓ। ਨਹੀਂ ਤੁਸੀਂ ਫਿਰ XXX ਪਾਉਣ ਦਾ ਪਿੱਛੇ ਕੀ ਕਾਰਨ ਬਣਿਆ? XXX ਤਾਂ ਹੁਣ ਇਹ ਤੁਹਾਨੂੰ ਮੈਂ ਗੱਲ ਦੱਸਦਾ ਵੀ ਜਿੱਦਾਂ ਕਿ ਹੁਣ ਵੀਡੀਓ ਜਾਂ ਪੰਜਾਬ ਦੇ ਵਿੱਚ ਅਸੀਂ ਸਾਡਾ ਦਿਮਾਗ ਪਤਾ ਕਿ ਅਸੀਂ ਅਲੱਗ ਕੁਛ ਕਰੀਏ। ਅੱਛਾ, ਵੀ ਜਿਹੜਾ ਕੋਈ ਲੋਕਾਂ ਨੂੰ ਪਸੰਦ ਆਵੇ, ਇਹ ਨਹੀਂ ਹੈਗਾ ਵੀ ਲੋਕ ਬੋਰਿੰਗ ਹੋਈ ਜਾਂਦੇ ਨੇ, ਅਸੀਂ ਉਹੀ ਉਹੀ ਚੀਜ਼ਾਂ ਦਰਾਈ ਜਾਈਏ, ਨਾ ਤਾਂ ਅਸੀਂ ਕਿਹਦਾ ਕੰਟੈਂਟ ਚੋਰੀ ਕਰਦੇ ਹਾਂ, ਨਾ ਕਿਸੇ ਅਸੀਂ ਕਾਪੀ ਕਰਦੇ ਹਾਂ, ਸਾਨੂੰ ਇਹ ਵੀ ਅਸੀਂ ਅਲੱਗ ਕੁਛ ਇਸ ਤਰ੍ਹਾਂ ਦੇਖਣ ਨੂੰ ਮਿਲਿਆ, ਤਾਂ ਕਰਕੇ XXX ਇਸ ਤਰ੍ਹਾਂ ਕਿਹਦਾ ਨਾਮ ਹੈ ਨਹੀਂਗਾ, ਤੁਸੀਂ ਸਰਚ ਮਾਰ ਲਓ ਕਿਤੇ ਵੀ। ਚਲੋ ਹੁਣ ਆਪਾਂ ਗੁਰਵਿੰਦਰ ਵੀਰ ਨਾਲ
ਗਾਣਾ ਤਾਂ ਪਤਾ ਕੀ ਗੱਲ ਹੈ ਅੱਜ ਮੇਰਾ ਗਲਾ ਖਰਾਬ ਆ ਥੋੜਾ ਜਿਹਾ ਮੈਂ ਤਾਂ ਨਹੀਂ ਗਾ ਸਕਦਾ ਨਹੀਂ ਤਾਂ ਮੈਂ ਗਾ ਕੇ ਸੁਣਾ ਦਿੱਤਾ ਇਹ ਅਸਲ ਗਾਇਕੀ ਇਹਦੇ ਵਿੱਚ ਜੇ ਆਪਾਂ ਹੁਣ ਗੱਲ ਕਰੀਏ ਰਿਆਜ਼ ਵਾਲੀ ਕਿੰਨੀ ਦੇਰ ਕਰ ਲੈਂਦੇ ਆਪਾਂ ਰਿਆਜ਼ ਤਾਂ ਦੇਖੋ ਜੀ ਮੈਂ ਤੜਕੇ ਉੱਠ ਕੇ ਆ ਕਰਨ ਲੱਗਾ ਆਪੇ ਰਿਆਜ਼ ਹੋ ਗਈ ਨਾ ਕਦੇ ਰਿਆਜ਼ ਕੀਤੀ ਨਾ ਮੈਨੂੰ ਵਾਜਾ ਵਜਾਉਣਾ ਆਉਂਦਾ ਜੀ ਮੈਂ ਤਾਂ ਸਿੱਧੀ ਗੱਲ ਉਹਨੇ ਮੈਨੂੰ ਹੈੱਡਫੋਨ ਲਵਾਇਆ ਉਹ ਕਹਿੰਦਾ ਬਸ ਤੂੰ ਐਂ ਕਰ ਕਹਿੰਦਾ ਇੱਕ ਲਾਈਨ ਬੋਲੀ ਚੱਲ ਮੈਂ ਬੋਲੀ ਗਿਆ ਉਹਨੇ ਚੱਕ ਕੇ ਲਾ ਦਿੱਤਾ ਚਲੋ ਇੱਕ ਲਾਈਨ ਹੀ ਗਾ ਦੋ ਇੱਕ ਲਾਈਨ ਤਾਂ ਗਾਣਾ ਤੇਰਾ ਯਾਰ ਵਪਾਰੀ ਡੰਗਰਾਂ ਦਾ ਕੋਈ ਕੱਟਾ ਬੱਸਾ ਵੇਚ ਗੁੜ ਕੱਟਿਆ ਕਿਸਾਨਾਂ ਦੀ ਜਦੋਂ ਸਾਡੀ ਮੰਨ ਕੇ ਚੱਲ ਅਸੀਂ ਸੰਭਲਿਆ ਸੁਰਤ ਮੈਂ ਤੇ ਪ੍ਰੋਡਿਊਸਰ ਜਾਂ ਅਸੀਂ ਸਾਰੇ ਗੁਰਵਿੰਦਰ ਗਿੱਲ ਸਾਨੂੰ ਖੇਤੀ ਦਾ ਉਹ ਕਿਹੜਾ ਕੰਮ ਜਿਹੜਾ ਨਹੀਂ ਕਰਨਾ ਆਉਂਦਾ ਸੀ ਖੇਤੀ ਆਪ ਕਰਦੇ ਸਾਡੇ ਨਾਲ ਮੈਂ ਕਹਿੰਦਾ ਜਿਵੇਂ ਕੋਈ ਨੋਰਮਲੀ ਗੱਲਾਂ ਦੋ ਬੰਦੇ ਸਾਡੇ ਨਾਲ ਨੋਰਮਲੀ ਕੰਮ ਕਰਨ ਲੱਗੇ ਅਸੀਂ ਇਕੱਲਾ ਇਕੱਲਾ ਬੰਦਾ ਸਾਡਾ ਕੰਮ ਸਾਡਾ ਕੰਮ ਕਰਨ ਲੈਂਦਾ ਉਹਨੂੰ ਨਾਲ ਨਹੀਂ ਆਉਣਾ ਅਸੀਂ ਕਿਸਾਨਾਂ ਦੇ ਪੁੱਤਰਾਂ ਅਸੀਂ ਕਿਸਾਨਾਂ ਦੀ ਆਵਾਜ਼ ਤੁਸੀਂ ਯੂਨੀਅਨ ਦੀ ਗੱਲ ਕਰਦੇ ਹੋ ਅਸੀਂ ਕਿਸਾਨ ਯੂਨੀਅਨ ਦੀ ਬਹੁਤ ਵੱਡੀ ਸਪੋਰਟ ਕਰਦੇ ਹਾਂ ਦਾਦਾ ਜੀ ਨੇ ਕਿਸਾਨ ਯੂਨੀਅਨ ਬਣਾਉਣ ਵਾਲੇ ਮੇਰੇ ਦਾਦਾ ਜੀ ਸੀਗੇ ਪੰਜਾਬ ਦੇ ਵਿੱਚ ਕਾਫੀ ਜਗ੍ਹਾ ਤੁਹਾਡੀ ਗੱਲ ਸੁਣੀ ਹਾਂਜੀ ਹਾਂਜੀ ਉਹ ਯੂਨੀਅਨ ਦੇ ਵਿੱਚ ਸਭ ਤੋਂ ਵੱਡਾ ਹੱਥ ਦਾਦਾ ਜੀ ਦਾ ਰਿਹਾ ਸਰਦਾਰ ਕਰਤਾਰ ਸਿੰਘ ਚੇਅਰਮੈਨ ਜੀ ਦਾ ਕੀ ਬਾਤ ਹੈ ਵੀਰੇ ਤੇ ਹੁਣ ਆਪਾਂ ਗੱਲ ਕਰਦੇ ਪ੍ਰੋਡਿਊਸਰ ਵੀਰ ਨਾਲ ਪ੍ਰੋਡਿਊਸਰ ਵੀਰ ਤੁਹਾਡਾ ਗਾਣੇ ਬਾਰੇ ਤੁਸੀਂ ਵੀ ਅਨਾਉਂਸ ਕੀਤਾ ਹੈ ਕਿ ਤੁਸੀਂ ਬਹੁਤ ਛੇਤੀ ਗਾਣਾ ਕੱਢ ਰਹੇ ਹਾਂ ਹਾਂਜੀ ਹਾਂ ਗਾਣੇ ਵੈਸੇ ਦੋ ਬੰਦੇ ਨੇ ਤਿਆਰ ਕੀਤੇ ਪੈਣੇ ਲਿਖੇ ਪੈਣੇ ਗਾਣੇ ਮੈਨੂੰ ਪਸੰਦ ਨੇ ਗਾਣੇ ਅਸੀਂ ਜਲਦ ਕਰ ਰਹੇ ਹਾਂ ਬਸ ਇੱਕ ਦੋ ਮਹੀਨਿਆਂ ਦੇ ਵਿੱਚ ਦੇਖਦਾ ਮੈਂ ਕਰਾਂਗੇ ਅਸੀਂ ਗਾਣੇ ਕਿੱਦਾਂ ਦਾ ਗਾਣਾ ਲੈ ਕੇ ਆ ਰਹੇ ਹਾਂ ਗਾਣਾ ਤਾਂ ਫਿਲਹਾਲ ਹਜੇ ਕੋਈ ਅਨਾਉਂਸ ਨਹੀਂ ਵੀਡੀਓ ਵਰਗਾ ਤਾਂ ਨਹੀਂ ਜਿਵੇਂ ਦੀਆਂ ਵੀਡੀਓਜ਼ ਹੁੰਦੀਆਂ ਆ ਅਲੱਗ ਇਦਾਂ ਦੀ ਆਊਗਾ ਇੱਕ ਗਾਣਾ ਸਾਡਾ ਸ਼ਾਇਦ ਨਾਮ ਸ਼ਾਇਦ ਕੈਂਪ ਆਵੇ ਇੱਕ ਦਾ ਗਾਣੇ ਦਾ ਨਾਮ ਅੱਛਾ ਤੇ ਇੱਕ ਬੰਦੇ ਨੇ ਲਿਖਿਆ ਹੇਟਰਾਂ ਵਿਰੁੱਧ ਲਿਖਿਆ ਇੱਕ ਗਾਣਾ ਮੁੰਡੇ ਨੇ ਲਿਖਿਆ ਹੋਇਆ ਵਧੀਆ ਗਾਣਾ ਇੱਕ ਆਊਗਾ ਸਾਡਾ ਅੱਛਾ ਚਲੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਤੁਹਾਡੇ ਪਰਿਵਾਰ ਬਾਰੇ ਥੋੜ੍ਹਾ ਜਿਹਾ ਹੈ ਨਾ ਕਿ ਜਿੱਦਾਂ ਤੁਸੀਂ ਇਹ ਵੀਡੀਓਜ਼ ਬਣਾਉਂਦੇ ਹੋ ਹੈ ਨਾ ਚਲੋ ਹੁਣ ਫੈਨ ਹਰ ਇੱਕ ਬੰਦੇ ਦੀ ਫੈਨ ਫੋਲੋਇੰਗ ਜੁੜ ਜਾਂਦੀ ਹੈ ਜਿੱਦਾਂ ਦਾ ਬੰਦਾ ਹੈ ਨਾ ਹੁੰਦਾ ਬਹੁਤ ਪਿਆਰ ਲੋਕ ਮਤਲਬ ਕਿ ਪੂਰੀ ਦੁਨੀਆ ਦੇ ਵਿੱਚ ਹੇਟਰਸ ਵੀ ਹੁੰਦੇ ਆ ਸਪੋਰਟਰਸ ਵੀ ਹੁੰਦੇ ਆ ਨਾਲ ਨਾਲ ਸਾਰਾ ਕੁਝ ਚੱਲਦਾ ਇਹਦਾ ਪੋਜ਼ਿਟਿਵ ਨੈਗੇਟਿਵ ਦੁਨੀਆ ਦੀ ਰੀਤ ਹੈ ਇੱਕ ਹੈ ਹਾਂਜੀ ਹਾਂਜੀ ਤੇ ਤੁਹਾਨੂੰ ਪਿਆਰ ਕਰਨ ਵਾਲੇ ਬਹੁਤ ਦੁਨੀਆ ਦੇ ਵਿੱਚ ਬੈਠੇ ਨੇ ਹਾਂਜੀ ਤੇ ਤੁਹਾਡੀ ਵੀਡੀਓਜ਼ ਦੀ ਸ਼ਿਕਾਇਤ ਇਹ ਆਉਂਦੀ ਕਿ ਤੁਸੀਂ ਜਿਹੜੀ ਵਰਡਿੰਗ ਯੂਜ਼ ਕਰਦੇ ਹੋ ਉਹ ਥੋੜ੍ਹੀ ਜਿਹੀ ਗਲਤ ਹੁੰਦੀ ਹੈ ਹਾਂਜੀ ਹਾਂਜੀ ਤੇ ਉਹਦੇ ਵਿੱਚ ਪਰਿਵਾਰ ਨੇ ਕਦੇ ਨਹੀਂ ਰੋਕਾ ਟੋਕੀ ਕੀਤੀ ਘਰਦਿਆਂ ਨੇ ਸਾਨੂੰ ਇਹਦੇ ਰਿਲੇਟਡ ਕੋਈ ਜ਼ਿਆਦਾਤਰ ਰੋਕਾ ਟੋਕਾ ਨਹੀਂ ਕੀਤੀ ਸਾਡੇ ਘਰਦਿਆਂ ਨੇ ਕਿਹਾ ਹੋਇਆ ਜ਼ਿਆਦਾਤਰ ਦੋ ਤਿੰਨ ਗੱਲਾਂ ਹੀ ਕਹੀਆਂ ਹੋਈਆਂ ਨੇ ਵੀ ਇੱਕ ਤਾਂ ਨਸ਼ਾ ਪੱਤਾ ਨਹੀਂ ਕੋਈ ਕਰਨਾ ਵੀ ਇੱਕ ਆ ਸਾਨੂੰ ਕੁੜੀ ਕੱਤਰੀ ਵਾਲਾ ਕੋਈ ਲਾਂਭਾ ਨਾ ਆਵੇ ਸਾਡੇ ਕੋਲ ਬਸ ਬਾਕੀ ਇਹ ਗਾਲਾਂ ਗੂਲਾਂ ਤਾਂ ਸਾਡੇ ਘਰੇ ਨੋਰਮਲ ਸਾਡੇ ਦਾਦਾ ਪੜਦਾਦੇ ਸਾਡੇ ਘਰੇ ਸਾਨੂੰ ਆਪ ਗਾਲਾਂ ਕੱਢਦੇ ਰਹਿੰਦੇ ਨੇ ਵੀ ਆਹ ਕੰਮ ਕਰ ਲਾ ਭੈਣ ਕੜਾਵਾ ਜਾਂ ਕੁਛ ਕਹਿ ਜਾਂਦੇ ਸਾਡੇ ਬਜ਼ੁਰਗ ਸਾਡੇ ਬਰੋਟੇ ਥੱਲੇ ਤਾਸ਼ ਖੇਡੀ ਜਾਂਦੇ ਰਹਿੰਦੇ ਨੇ ਸਾਰਾ ਦਿਨ ਉੱਥੇ ਗਾਲਾਂ ਹੀ ਕੱਢੀ ਜਾਂਦੇ ਰਹਿੰਦੇ ਨੇ ਉਹੀ ਬਸ ਅਸੀਂ ਆਪਣੇ ਕੋਲ ਨਹੀਂ ਗਾਲਾਂ ਕੱਢਦੇ ਉਹ ਮਤਲਬ ਕਿ ਜਿਹੜੀ ਪਿੰਡਾਂ ਦੇ ਵਿੱਚ ਜਿਹੜੀ ਗੱਲਬਾਤ ਹੁੰਦੀ ਹੈ ਬਜ਼ੁਰਗ ਜਿਵੇਂ ਗਾਲਾਂ ਕੱਢਦੇ ਨੇ ਉਹ ਅਸਲੀ ਤਾਂ ਦਿਖਾਈ ਅਸੀਂ ਹੁਣ ਜਿਵੇਂ ਹੁਣ ਵੀਡੀਓ ਫਿਲਮ ਬਣਦੀ ਆ ਫਿਲਮ ਦੇ ਵਿੱਚ ਰੀਅਲ ਸਟੋਰੀ ਦਿਖਾਈ ਜਾਂਦੀ ਆ ਵੀ ਉਹ ਗਾਲਾਂ ਤਾਂ ਕੱਟ ਦਿੰਦੇ ਨੇ ਜਿਹੜੀ ਅਸਲੀ ਅਸੀਂ ਸਿੱਧਾ ਹੀ ਜਿਹੜਾ ਸਪਸ਼ਟ ਕਰਨਾ ਵੀ ਸਾਰਾ ਰੀਅਲ ਸਟੋਰੀ ਸਾਰੀ ਤਕਰੀਬਨ ਅਨਕੱਟੇ ਹੁੰਦੀ ਆ ਹਾਂ ਜਿਵੇਂ ਉਹ ਬਜ਼ੁਰਗ ਵੀ ਸਾਡੇ ਪਿੰਡਾਂ ਦੇ ਵਿੱਚ ਹੈਗੇ ਨੇ ਉਹ ਕਿਵੇਂ ਠਰਕੀ ਵੀ ਹੈਗੇ ਨੇ ਉਹ ਸਾਰੀ ਸੱਚਾਈ ਦਿਖਾਈ ਗਈ ਆ ਹੁਣ ਲੋਕ ਇਹ ਕਹਿੰਦੇ ਰਹੇ ਨੇ ਵੀ ਤੁਸੀਂ ਗਲਤ ਪੇਸ਼ ਕਰ ਰਹੇ ਹੋ ਪਰ ਗਲਤ ਨਹੀਂ ਪਰ ਇਹ ਗੱਲਾਂ ਸੱਚੀਆਂ ਨੇ ਇਹ ਬੀਤੀਆਂ ਹੋਈਆਂ ਉਹ ਬੰਦਿਆਂ ਦੇ ਨਾਮ ਵੀ ਸਾਨੂੰ ਦੱਸੇ ਹੋਣ ਸਾਨੂੰ ਬਜ਼ੁਰਗਾਂ ਨੇ ਆਪ ਕਹਾਣੀ ਦੱਸੀਆਂ ਅਸੀਂ ਉਹੀ ਪੇਸ਼ ਕੀਤੀਆਂ ਹੋਈਆਂ ਤੇ ਜਿਹੜਾ ਆਪਾਂ ਗੱਲ ਕਰੀਏ ਤੁਹਾਡੇ ਸਪੋਰਟਰਸ ਦੇ ਵਿੱਚੋਂ ਜਦੋਂ ਪ੍ਰੋਡਿਊਸਰ ਡੀਐਕਸਐਕਸ ਦੀ ਜਿਹੜੀ ਟੀਮ ਨੇ ਸਭ ਤੋਂ ਪਹਿਲੀ ਮਤਲਬ ਕਿ ਵੀਡੀਓ ਜਿਹੜੀ ਜਦੋਂ ਇੱਕ ਚਲੋ ਸ਼ੁਰੂਆਤੀ ਵਾਲੀ ਤਾਂ ਤੁਸੀਂ ਬਣਾ ਕੇ ਹੈ ਨਾ ਇੱਕ ਸਾਈਡ ਰੱਖਤੀ ਉਹ ਤੋਂ ਬਾਅਦ ਤੁਸੀਂ ਲਗਾਤਾਰ ਬਣਾਉਣੀਆਂ ਸ਼ੁਰੂ ਕਰੀਆਂ ਸਭ ਤੋਂ ਪਹਿਲਾਂ ਪੋਜ਼ਿਟਿਵ ਕਮੈਂਟ ਕਿਹੜਾ ਆਇਆ ਕੋਈ ਇੱਦਾਂ ਦਾ ਪੋਜ਼ਿਟਿਵ ਕਮੈਂਟ ਜਿਹੜਾ ਯਾਦਗਾਰ ਮਤਲਬ ਕਿ ਇੱਕ ਫੈਨ ਹੁੰਦਾ ਨਾ ਬੰਦੇ ਦਾ ਉਹਦੇ ਨਾਲ ਬੜੇ ਬੜਾ ਖਿੱਚਦਾ ਬੂਸਟ ਮਿਲਦਾ ਉਸ ਚੀਜ਼ ਨਾਲ ਬਹੁਤ ਜ਼ਿਆਦਾ ਹਾਂ ਯਾ ਇੱਕ ਅਸੀਂ ਝੋਨਾ ਅਫਸਰ ਕਟਾਪ ਵਾਲੀ ਵੀਡੀਓ ਬਣਾਈ ਸੀ ਜਿਹੜੀ ਉਹ ਬਹੁਤ ਜ਼ਿਆਦਾ ਕੰਟਰੋਵਰਸੀ ਆਪਾਂ ਉਹਦੇ ਬਾਰੇ ਵੀ ਗੱਲ ਕਰਨੀ ਹੈ ਜਿਹੜੀ ਕਿਸਾਨਾਂ ਨੂੰ ਜ਼ਿਆਦਾ ਪਸੰਦ ਆਈ ਹਾਂ ਜੀ ਅੱਛਾ ਉਹਦੇ ਤੋਂ ਮਤਲਬ ਕਿ ਲੋਕ ਜ਼ਿਆਦਾ ਹਾਂ ਉਸ ਤੋਂ ਬਾਅਦ ਪਹਿਚਾਨ ਜੀ ਬਣ ਗਈ ਉਸ ਤੋਂ ਬਾਅਦ ਲੋਕਾਂ ਨੇ ਬਹੁਤ ਪਸੰਦ ਉਹਦਾ ਥੀਮ ਕਿਵੇਂ ਆਇਆ ਸੀਗਾ ਸਟੋਰੀ ਕਨਸੈਪਟ ਉਹਦਾ ਥੀਮ ਬਸ ਇੱਦਾਂ ਹੀ ਆਇਆ ਸੀਗਾ ਬਸ ਝੋਨਾ ਲਾਉਣਾ ਉਹਨਾਂ ਝੋਨਾ ਦੀ ਡੇਟ ਪਹਿਲਾਂ 10 ਜੂਨ ਸੀ ਫਿਰ 12 ਕਰਤੀ ਫਿਰ 15 ਕਰਤੀ ਫਿਰ 15 ਕਰਤੀ ਸੀਗੀ ਹੁਣ ਇਸ ਵਾਰ ਕਹਿੰਦੇ 20 ਕਰ ਰਹੇ ਹਾਂ ਤੇ ਉਹ ਸਾਡੇ ਪਿੰਡ ਝੋਨਾ 13 ਤਰੀਕ ਨੂੰ ਹੀ ਲਾਉਣ ਲੱਗ ਗਏ ਸੀਗੇ ਅਸੀਂ ਜਦੋਂ ਝੋਨਾ ਸਾਡੇ ਪਿੰਡ 'ਚ ਪਹਿਲੇ ਬੰਦੇ ਲਾਉਣ ਲੱਗੇ ਸੀ ਨਾਲ ਦੀ ਨਾਲ ਅਸੀਂ ਚੱਕੇ ਕੈਮਰੇ ਅਸੀਂ ਜਾਣ ਦੀ ਨਾਲ ਜਾ ਕੇ ਉੱਦਣ ਹੀ ਵੀਡੀਓ ਬਣਾਈ ਤੇ 13-14 ਨੂੰ ਅਸੀਂ ਪਬਲਿਕ ਕਰਤੀ ਬਸ ਤੇ ਉਹ ਫਸਟ ਮਤਲਬ ਕਿ ਲੋਕਾਂ ਨੂੰ ਉਹ ਵੀਡੀਓ ਦੇਖ ਕੇ ਅੱਧਿਆਂ ਨੂੰ ਤਾਂ ਲੱਗੇ ਵੀ ਸੱਚਾਈ ਉਹਦੇ ਵਿੱਚ ਅਫਸਰਾਂ ਨੂੰ ਘੜੀਸਿਆ ਗਿਆ ਕੱਦੂ ਵਿੱਚ ਕਟਾਪਾ ਕੀਤਾ ਗਿਆ
ਕਿਉਂਕਿ ਪਿੰਡਾਂ ਦੇ ਵਿੱਚ ਬਜ਼ੁਰਗ ਬੈਠੇ ਨੇ ਉਹ ਕਹਿੰਦੇ ਵੀ ਆਹ ਤਾਂ ਯਾਰ ਸੱਚੀ ਕੁੱਟੇ ਯਾਰ ਅਫਸਰ, ਉਹਨਾਂ ਨੂੰ ਐਂ ਲੱਗਿਆ ਵੀ ਸੱਚਾਈ ਸੱਚੀ ਕੁੱਟੇ ਗਏ, ਉਹ ਬਸ ਉੱਦਾਂ ਹੀ ਮੁੱਦਾ ਭੜਕ ਗਿਆ। ਉਸ ਤੋਂ ਬਾਅਦ ਪਸੰਦ ਆਉਣ ਦਾ ਕਾਰਨ ਇਹ ਸੀ ਕਿਉਂਕਿ ਸਾਡਾ ਦੁੱਖ ਸੀਗਾ, ਸਾਡਾ ਕਿਸਾਨਾਂ ਦਾ, ਹਨਾ, ਉਹ ਸਾਡੇ ਕਿਸਾਨਾਂ ਦੀ ਅਸਲੀਅਤ ਕਹਾਣੀ ਸੀ। ਉਹ ਅਸਲੀਅਤ ਕਹਾਣੀ ਪਤਾ ਕਿਹਨੂੰ ਹੋਣਾ, ਉਹ ਸਾਡੇ ਤੋਂ ਵੱਧ ਤਾਂ ਕਿਸੇ ਨੂੰ ਪਤਾ ਨਹੀਂ ਹੋ ਸਕਦਾ, ਕਿਉਂਕਿ ਅਸੀਂ ਕਿਸਾਨਾਂ ਦੇ ਪੁੱਤਰ ਹਾਂ। ਅਸੀਂ ਉੱਦਾਂ ਦੀ ਉਹ ਵੀਡੀਓ ਬਣਾਈ ਅਤੇ ਉਹ ਸਾਡੇ ਕਿਸਾਨਾਂ ਨੂੰ ਪਸੰਦ ਆਈ, ਉਹਦੇ ਕਰਕੇ ਉਹਦਾ ਬਹੁਤ ਵੱਡੀ ਪਹਿਚਾਣ ਬਣੀ ਉਹ ਵੀਡੀਓ ਦੇ ਨਾਲ। ਤੁਹਾਡੀ ਤਕਰੀਬਨ ਜਿੰਨੀਆਂ ਵੀ ਵੀਡੀਓਜ਼ ਆਈਆਂ ਕੰਟਰੋਵਰਸੀਜ਼ ਦੇ ਵਿੱਚ ਬਹੁਤ ਜ਼ਿਆਦਾ ਜਾਂਦੀਆਂ, ਹੁਣ ਜੇ ਆਪਾਂ ਗੱਲ ਕਰ ਰਹੇ ਰੀਸੈਂਟਲੀ ਉਹਦਾ ਪੂਰੀ ਦੁਨੀਆ ਨੂੰ ਪਤਾ ਹੈ ਨਾ ਉਸ ਚੀਜ਼ ਬਾਰੇ। ਤੁਸੀਂ ਅਸਲੀਅਤ ਕਹਿ ਸਕਦੇ, ਤੁਸੀਂ ਕੰਟਰੋਵਰਸੀ ਅਸਲੀਅਤ ਦਿਖਾਉਣੀ ਆ ਵੀ ਕੈਮਰੇ ਦੇ ਵਿੱਚ ਅਸਲੀਅਤ ਕੀ ਆ, ਉਹ ਅਸਲੀ ਚੀਜ਼ ਦਿਖਾ ਨਹੀਂ ਸਕਦਾ ਕੋਈ ਵੀ। ਜਿਹੜੀ ਜਿਹੜੀ ਹੁਣ ਤੁਸੀਂ ਵੀਡੀਓ ਰਿਲੀਜ਼ ਕੀਤੀ ਸੀਗੀ, ਆਪਾਂ ਨਾਮ ਨਹੀਂ ਲੈਂਦੇ, ਤੇ ਉਸ ਵੀਡੀਓ ਬਾਰੇ ਮਤਲਬ ਕਿ ਕਿੱਦਾਂ ਬਣਿਆ ਵਿਚਾਰ, ਜਾਂ ਪਬਲਿਸ਼ ਕਰਨ ਤੋਂ ਪਹਿਲਾਂ ਕਦੇ ਸੋਚਿਆ ਨਹੀਂ ਕਿਸੇ ਬੰਦੇ ਨਾਲ ਡਿਸਕਸ ਨਹੀਂ ਕੀਤਾ? ਨਹੀਂ ਪਹਿਲਾਂ ਲੋਕਾਂ ਨੂੰ ਲੱਗਿਆ ਵੀ ਠੇਸ ਪਹੁੰਚੂ, ਸਾਡਾ ਮਕਸਦ ਇਹ ਨੀ ਹੈਗਾ ਵੀ ਅਸੀਂ ਕਿਸੇ ਨੂੰ ਪਰਸਨਲ ਤੌਰ ਤੇ ਠੇਸ ਪਹੁੰਚਾਈਏ, ਹਨਾ, ਇਹ ਮਕਸਦ ਨੀ ਹੈਗਾ, ਕਿਉਂਕਿ ਸਾਨੂੰ ਲੋਕ ਪਿਆਰ ਇੰਨਾ ਜ਼ਿਆਦਾ, ਯੂਥ ਪਿਆਰ ਕਰਦਾ ਬਹੁਤ ਜ਼ਿਆਦਾ ਵੀ ਅਸੀਂ ਠੇਸ ਪਾਈ, ਜੇ ਸਾਨੂੰ ਇੱਦਾਂ ਲੱਗਿਆ ਵੀ ਇਹ ਗਲਤ ਆ ਅਸੀਂ ਡਿਲੀਟ ਕਰਤੀ, ਨੋਰਮਲੀ ਗੱਲ ਆ, ਹਨਾ। ਤੇ ਬਾਕੀ ਜੇ ਤੁਸੀਂ ਗੱਲ ਕਰੋ ਜਿਵੇਂ ਹੇਟਰਸ ਦੀ, ਪਹਿਲਾਂ ਗੱਲ ਕਰੀ ਸੀ, ਮੈਂ ਕਹਿੰਦਾ ਉਹ ਇਨਸਾਨ ਕਾਮਯਾਬ ਹੀ ਨਹੀਂ ਹੈਗਾ ਜਿਹਦੇ ਹੇਟਰਸ ਨਹੀਂ ਹੈਗੇ, ਵੀ ਜਿਹਨੂੰ ਉਹ ਤਾਂ ਬਿਲਕੁਲ, ਮੈਂ ਪਹਿਲਾਂ ਹੀ ਗੱਲ ਕਹੀ ਉਹਦੇ ਵੀ ਗੱਲ ਦੇ ਵਿੱਚ ਕਿ ਪੋਜ਼ਿਟਿਵ ਨੈਗੇਟਿਵ ਦੋਵੇਂ। ਹਾਂ ਹਾਂ ਹਾਂ, ਬਾਕੀ ਜਿੱਦਾਂ ਸਾਨੂੰ ਲੱਗਿਆ ਵੀ ਸਮਾਜ ਨੂੰ ਇਹ ਗਲਤ ਗੱਲ ਆ, ਉਦੋਂ ਅਸੀਂ ਚੇਂਜ ਕਰਤੀ ਵੀਡੀਓ, ਡਿਲੀਟ ਕਰਤੀ ਅਸੀਂ, ਨੋਰਮਲੀ ਗੱਲ ਆ। ਪਰ ਇਸ ਤੋਂ ਬਾਅਦ ਕੁਛ ਕੁ ਲੋਕ ਹਨਾ ਇੱਦਾਂ ਦੇ ਸੀਗੇ ਵੀ ਮੰਨ ਕੇ ਚੱਲ ਵੀ ਸਾਡੇ ਨਾਲ ਪੰਗਾ ਲਾ ਕੇ ਕੁਝ ਆਪਣਾ ਨਾਂ ਅੱਗੇ ਲਿਆਉਣਾ, ਜਾਂ ਲੋਕਾਂ 'ਚ ਪਬਲਿਕ ਸਿਟੀ ਲੈਣੀ, ਜਾਂ ਪੋਲੀਟੀਕਲ ਸਟੰਟ ਲੈਣਾ, ਉਹ ਸਾਨੂੰ ਲੋਕਾਂ ਨੇ ਬਹੁਤ ਜ਼ਿਆਦਾ ਤੰਗ ਕਰਿਆ ਹੁਣ, ਉਹਨਾਂ ਨੇ ਬਹੁਤ ਜ਼ਿਆਦਾ ਤੰਗ ਕਰਿਆ ਹਨਾ ਵੀ ਅਸੀਂ, ਸਾਡਾ ਨਾਮ ਅੱਗੇ ਆਇਆ, ਸਾਨੂੰ ਪਤਾ ਨਹੀਂ ਪੋਲੀਟੀਕਲ ਲੋਕਾਂ ਦੀ ਸਪੋਰਟ ਮਿਲ ਜੂ। ਜਦੋਂ ਅਸੀਂ ਪਹਿਲਾਂ ਹੀ ਅਸੀਂ ਕਹਿਤਾ ਵੀ ਅਸੀਂ ਵੀਡੀਓ ਡਿਲੀਟ ਕਰਤੀ ਵੀ ਯਾਰ ਠੇਸ ਪਹੁੰਚੇ, ਡਿਲੀਟ ਕਰਤੀ, ਹੈ ਨਾ, ਨੋਰਮਲੀ ਗੱਲ ਆ, ਕਿਉਂਕਿ ਯਾਰ ਸਾਡੇ ਜਿੱਦਾਂ ਦੇ ਦਿਮਾਗ 'ਚ ਗੱਲ ਆਈ ਪ੍ਰੋਡਿਊਸਰ ਦੇ ਉਹ ਤਾਂ ਵੀਡੀਓ ਬਣਾ ਦਿੱਤੀ ਉਹਨੇ, ਹੈ ਨਾ। ਪਰ ਜਿੱਦਾਂ ਕੋਈ ਸਮਾਜ ਨੂੰ ਇੱਦਾਂ ਦਾ, ਤੁਸੀਂ ਫਿਲਮਾਂ ਤੁਸੀਂ ਦੇਖਦੇ ਹੋ, ਵੱਡੇ ਵੱਡੇ ਪ੍ਰੋਜੈਕਟ ਦੇਖਦੇ ਹੋ, ਉਹਨਾਂ 'ਤੇ ਗੌਰ ਨਹੀਂ ਕਰਦੇ ਲੋਕ, ਨੋਰਮਲੀ ਗੱਲ ਆ। ਸਾਡੇ ਪੰਜਾਬ ਦੀ, ਸਾਡੇ ਲੋਕਾਂ ਦੀ ਇਹ ਗੱਲ ਆ ਵੀ ਜਲਸੀ ਕਰਨ ਦੀ ਬਹੁਤ ਵੱਡੀ ਆਦਤ ਆ, ਹੈ ਨਾ, ਵੀ ਜਾ ਕਿਸੇ ਨਾਲ ਪੰਗਾ ਲੈ ਕੇ, ਜਾ ਕੇ ਉਸ ਤੋਂ ਮੰਨ ਕੇ ਚੱਲ ਵੀ ਆਪਦੀ ਉਹਨਾਂ ਦਾ ਨੰਬਰ ਲੈਣ ਦੀ, ਬਣਾਉਣ ਦੀ, ਇਹ ਬਹੁਤ ਵੱਡੀ ਆਦਤ ਆ ਇਹ ਗੱਲ ਆ। ਪੋਲੀਟੀਕਲ ਲੋਕਾਂ ਦਾ ਵਿੱਚ ਜਿਵੇਂ ਜਿੱਦਾਂ ਦਾ ਉਹ ਬਹੁਤ ਵੱਡਾ ਹੱਥ ਸੀਗਾ ਵੀ ਸਾਡਾ ਕੋਈ ਨਾਮ ਬਣ ਜੇ, ਅਸੀਂ ਇਹਨਾਂ ਨੂੰ ਭਾਵੇਂ ਦਬਾ ਲਈਏ, ਪਰ ਦਬਾਉਣ ਵਾਲਾ ਤਾਂ ਤੁਹਾਨੂੰ ਪਤਾ ਪਰਮਾਤਮਾ ਹੀ ਆ, ਜੇ ਜਿੱਦਾਂ ਉਹ ਚਾਹੂਗਾ ਉੱਦਾਂ ਹੀ ਹੁੰਦਾ ਸੰਕਾ, ਉਹਦੇ ਨਾਲ ਸਾਡਾ ਕੁਛ, ਸਾਨੂੰ ਕੋਈ ਇਹ ਨਹੀਂ ਹੋਇਆ ਵੀ ਸਾਨੂੰ ਫਾਇਦਾ ਹੀ ਹੋਇਆ, ਜਿਹੜਾ ਸਾਨੂੰ ਨਹੀਂ ਜਾਣਦੇ ਸੰਕਾ ਲੋਕ ਉਹ ਵੀ ਜਾਣਨ ਲੱਗ ਗਏ ਵੀ ਇਹ ਮੁੰਡੇ ਸਹੀ ਨੇਗੇ। ਇਹ ਤਾਂ ਗੱਲ ਹੋ ਗਈ ਤੁਹਾਡੀ ਉਸ ਵੀਡੀਓ ਦੀ, ਹੈ ਨਾ, ਤੁਸੀਂ ਸਾਰਾ ਗੱਲ ਕਲੀਅਰ ਕਰਤੀ, ਵਧੀਆ ਗੱਲ, ਵੱਡੇ ਖੁਲਾਸਿਆਂ ਦੇ ਵਿੱਚ ਇਹ ਵੀ ਖੁਲਾਸਾ ਹੋ ਗਿਆ ਇੱਕ। ਅਤੇ ਹੁਣ ਆਪਾਂ ਗੱਲ ਕਰੀਏ ਇੱਕ ਤੁਹਾਡੀ, ਜਿਹੜੀ ਹੁਣ ਅੱਜ ਕੱਲ੍ਹ ਟਿੰਡ ਟੁੱਡ ਕਢਾ ਲਈ ਤੁਸੀਂ, ਗੰਜ ਕਢਾ ਲਈ, ਕੀ ਚੱਕਰ ਹੈ? ਅੱਛਾ, ਇਹ ਤਾਂ ਜ਼ਿਆਦਾਤਰ ਇਹਦਾ ਸ਼ੁਰੂ ਤੋਂ ਹੀ ਇੱਦਾਂ ਦੀ ਰਹੀ ਹੈ, ਕਿਉਂਕਿ ਪਛਾਣ ਹੀ ਤਾਂ ਬਣੀ ਆ ਵੀ ਜਿੱਦਾਂ ਡਿਫਰੈਂਟ ਜਿਹਾ ਕੁਛ ਕਰਨਾ, ਜਿੱਦਾਂ ਦੀ ਵੀ ਕੋਈ ਵੀਡੀਓ ਗਾਣਾ, ਜਿੱਦਾਂ ਗੁਰਵਿੰਦਰ ਗਿੱਲ ਦਾ ਗਾਣਾ ਸੀਗਾ ਇੱਕ ਡਿਫਰੈਂਟ ਗਾਣਾ ਬਣਾਇਆ, ਅਸੀਂ ਦੱਸਿਆ ਵੀ ਇੱਕ ਅਲੱਗ ਚੀਜ਼ ਕਰਨੀ, ਹੈ ਨਾ, ਜਿਵੇਂ ਕੋਈ ਸਟਾਈਲ ਬਣਾਇਆ, ਹੇਅਰ ਸਟਾਈਲ ਬਣਾਇਆ ਵੀ ਕੁਛ ਅਲੱਗ ਕਰਨਾ ਵੀ ਜਿਹੜਾ ਯੂਥ ਨੂੰ ਪਤਾ ਲੱਗੇ, ਪਹਿਚਾਣ ਲੱਗੇ ਵੀ ਇਹ ਡਿਫਰੈਂਟ ਕੁਛ ਕਰ ਰਹੇ ਨੇ। ਜ਼ਿਆਦਾਤਰ ਇੰਡਸਟਰੀ ਦੇ ਵਿੱਚ ਕੀ ਕੰਮ ਆ, ਕਾਪੀ ਕਰਨਾ, ਸਾਡਾ ਇਹ ਮਕਸਦ ਨਹੀਂ। ਅੱਜ ਤੱਕ ਅਸੀਂ ਕੋਈ ਵੀਡੀਓ ਕਿਸੇ ਨੂੰ ਦੇ ਕੇ ਕਾਪੀ ਨਹੀਂ ਕਰੀ, ਆਪ ਹੀ ਜਿਹੜਾ ਕੁਛ ਆਪ ਹੀ ਕਰਦੇ ਵੀ ਕਿਸੇ ਨੂੰ ਕਾਪੀ ਨਹੀਂ ਕਰਦੇ, ਅਸੀਂ ਆਪਣਾ ਇੱਕ ਅਲੱਗ ਟ੍ਰੈਂਡ ਚਲਾਉਂਦੇ ਹਾਂ, ਇਹ ਸਾਡਾ ਕਾਰਨ ਆ ਕੱਟ ਦਾ ਵੀ ਤੁਸੀਂ ਕਹਿ ਸਕਦੇ ਹੋ। ਹਾਂਜੀ ਹਾਂਜੀ, ਟ੍ਰੈਂਡ ਤਾਂ ਹੈਗੇ ਆ, ਜੂਆਂ ਵੀ ਪੈ ਗਈਆਂ ਸੀ ਤੇ ਜੂਆਂ ਦਾ ਗੱਲ ਮਜ਼ਾਕ ਕਰ ਰਿਹਾ। ਬਿਲਕੁਲ ਹਾਂਜੀ, ਸਹੀ ਗੱਲ ਹੈ। ਗੁਰਵਿੰਦਰ ਗਿੱਲ, ਉਹ ਤਾਂ ਗੁਰਵਿੰਦਰ ਗਿੱਲ ਤਾਂ ਤੁਹਾਨੂੰ ਪਤਾ ਹੈ ਜ਼ਿਆਦਾ ਥੋੜ੍ਹਾ ਸਟਾਈਲ ਫਣੀ ਰੱਖਦਾ ਨਾ ਫਿਰ ਇਹ। ਆਪਾਂ ਉਹਨਾਂ ਦੇ ਹੁਣ ਗਾਣੇ ਬਾਰੇ ਅੱਗੇ ਕੁਛ ਕਿਆ ਗਾਣਾ ਕੋਈ ਲੈ ਕੇ ਆ ਰਹੇ ਹੋ? ਅੱਗੇ ਜੀ ਮੇਰਾ ਗਾਣਾ ਆ ਰਿਹਾ ਰੋਇਲ ਫੈਮਿਲੀ, ਬਾਓ ਵੀ ਜਲਦੀ ਜਲਦੀ ਬਾਅਦ ਜਾ ਕੇ ਵੀਡੀਓ ਬਣਾਉਣੇ, ਫੋਨ ਨਾਲ ਚੱਕ ਕੇ ਵੀਡੀਓ 2 ਮਿੰਟ ਬਣਾ ਕੇ ਪਾ ਦਾਂਗੇ। ਇੱਕ ਮੈਂ ਤੁਹਾਨੂੰ ਹੋਰ ਬਹੁਤ ਵੱਡੀ ਗੱਲ ਦੱਸਦਾ, ਜੇ ਮੈਂ ਸਾਡਿਆਂ ਤੁਸੀਂ ਵੀਡੀਓ ਜਾਂ ਗਾਣਾ ਇਹਦਾ ਆਇਆ ਹੋ ਤਾਂ ਇੱਕ ਯੂਥ ਨੂੰ ਮੈਂ ਹੋਰ ਬਹੁਤ ਵੱਡਾ ਸੁਨੇਹਾ ਦੇਣਾ ਚਾਹੁੰਦਾ, ਕਿਉਂਕਿ ਅੱਜ ਕੱਲ੍ਹ ਇੰਡਸਟਰੀ ਦੇ ਵਿੱਚ ਕੀ ਆ, ਸਾਡੇ ਨੌਜਵਾਨ ਸਾਡੇ ਪਿੰਡਾਂ ਵਾਲੇ ਮੁੰਡੇ ਚਾਹੁੰਦੇ ਨੇ ਵੀ ਅਸੀਂ ਵੀ ਮਸ਼ਹੂਰ ਹੋਈਏ, ਅਸੀਂ ਫੇਮਸ ਹੋਈਏ, ਉਹਦੇ ਚੱਕਰ ਦੇ ਵਿੱਚ ਉਹ ਘਰ ਦੇ ਨਾਲ ਵੀ ਪੈਸੇ ਬਰਬਾਦ ਕਰ ਦਿੰਦੇ ਨੇ, ਲੱਖਾਂ ਰੁਪਇਆ ਬਰਬਾਦ ਕਰ ਦਿੰਦੇ। ਬਿਲਕੁਲ, ਅਸੀਂ ਅੱਜ ਤੀਕਰ ਕਿਸੇ ਵੀਡੀਓ 'ਤੇ ਇਹਦਾ ਗਾਣਾ ਬਣਾਇਆ, ਮੈਂ ਕਹਿੰਦਾ 1 ਮਿਲੀਅਨ ਵਿਊ ਹੋਣ ਵਾਲਾ, 1 ਰੁਪਇਆ ਖਰਚ ਨਹੀਂ ਕਰਿਆ। ਮੈਂ ਯੂਥ ਨੂੰ ਕਹਿਣਾ ਚਾਹੁੰਦਾ ਵੀ ਜੇ ਤੁਹਾਡੇ 'ਚ ਕੋਈ ਕਲਾ, ਤੁਹਾਡੇ 'ਚ ਕੋਈ ਟੈਲੈਂਟ ਹੈ, ਤੁਸੀਂ ਵੀਡੀਓ ਬਣਾਓ, ਸੋਸ਼ਲ ਮੀਡੀਆ ਦਾ ਵੱਧ ਤੋਂ ਵੱਧ ਸਹਾਰਾ ਲਓ। ਬਿਲਕੁਲ, ਲੱਖਾਂ ਰੁਪਇਆ ਫੂਕ ਦਿੰਦੇ ਨੇ, ਐਵੇਂ ਖਤਮ ਕਰ ਦਿੰਦੇ ਨੇ, ਉਹਦੇ ਮਾਂ ਬਾਪ ਨੂੰ ਨਜਾਇਜ਼ ਤੰਗ ਕਰਦੇ ਰਹਿੰਦੇ ਨੇ ਜੀ, ਸਾਨੂੰ ਪੈਸੇ ਦਿਓ, ਸਾਨੂੰ ਪੈਸੇ ਦਿਓ। ਅਸੀਂ ਇਹ ਚੀਜ਼ ਨਾਲ ਤਾਂ ਅਸੀਂ ਆਪਣਾ ਸਾਡਾ ਖੇਤੀ ਦਾ ਕੰਮ ਰੈਗੂਲਰ ਨਾਲ ਚੱਲਦਾ ਰਹਿੰਦਾ, ਖੇਤੀ ਦਾ ਕੰਮ ਚੱਲਦਾ ਰਹਿੰਦਾ, ਅਸੀਂ ਖੇਤ ਦਾ ਕੰਮ ਕਰਦੇ ਰਹਿੰਦੇ, ਨਾਲ ਸਾਡਾ ਇੱਕ ਸ਼ੌਂਕ ਸੀਗਾ ਅਤੇ ਇਹਦੇ ਕਰਕੇ ਸਾਡੀ ਪਹਿਚਾਣ ਬਣ ਗਈ। ਤੁਸੀਂ ਜੇ ਕੋਈ ਨੌਜਵਾਨ ਚਾਹੇ
ਰਹਿਣਾ ਇਹਨਾਂ ਨੇ ਨਹੀਂ ਅਸੀਂ ਅਸੀਂ ਦੋਨਾਂ ਹੀ ਸਾਡੀ ਉਮਰ ਸੇਮ ਹੀ ਹੈ ਜੀ ਅਸੀਂ ਦੋਨਾਂ ਹੀ ਸਾਰੀ ਉਮਰ ਛੜੇ ਹੀ ਰਹਿਣਾ ਮੈਂ ਤਾਂ ਸੋਚਿਆ ਵੀ ਕਿਉਂਕਿ ਜਿਹੜੇ ਛੜੇ ਰਹਿ ਕੇ ਬੰਦਾ ਕਹਿੰਦਾ ਐਸ਼ ਜੋ ਕੋਈ ਬੰਦਾ ਤਰੱਕੀ ਕਰ ਜਾਵੇ ਉਹ ਬੰਦਾ ਵਿਆਹ 'ਚ ਨਹੀਂ ਕਰ ਸਕਦਾ ਵਿਆਹ 'ਚ ਬੰਦਾ ਫਸ ਜਾਂਦਾ ਜਿਵੇਂ ਕਿ ਹੁਣ ਤੁਸੀਂ ਪਾਪੂਲਰ ਬੰਦੀ ਲਾ ਲਓ ਮੋਦੀ ਲਾ ਲਓ ਉਹ ਇੰਡੀਆ ਦਾ ਪ੍ਰਧਾਨ ਮੰਤਰੀ ਬਣਿਆ ਬੈਠਾ ਹੈ ਜੀ ਸਲਮਾਨ ਖਾਨ ਲਾ ਲਓ ਬਾਲੀਵੁੱਡ 'ਚ ਸਭ ਤੋਂ ਟੌਪ 'ਤੇ ਹੈ ਛੜਾ ਹੈ ਜੀ ਛੜਾ ਹੈ ਜਿੰਨੀ ਮਾਇਆਵਤੀ ਲਾ ਲਓ ਉਹ ਵੀ ਛੜੀ ਸੀਗੀ ਅਟਲ ਬਿਹਾਰੀ ਵਾਜਪੇਈ ਲਾ ਲਓ ਹੁਣ ਮਨਮੋਹਨ ਸਿੰਘ ਪੀ ਐੱਮ ਸੀਗਾ ਉਹ ਬਣਿਆ ਸੀਗਾ ਉਹ ਵਿਆਹ ਹੋਇਆ ਸੀਗਾ ਪਰ ਉਹਨਾਂ ਲੋਕਾਂ ਨੇ ਉਹਨਾਂ ਨੂੰ ਪਿਆਰ ਨਹੀਂ ਕਰਿਆ ਜਿੰਨਾ ਮੋਦੀ ਨੂੰ ਪਿਆਰ ਕਰਦੇ ਨੇ ਕਿਉਂ ਸਹੀ ਹੈ ਗੱਲ ਜਾਂ ਝੂਠੀ ਹੈ ਬਿਲਕੁਲ ਸਹੀ ਗੱਲ ਹੈ ਰਾਹੁਲ ਗਾਂਧੀ ਵੀ ਛੜਾ ਇਹ ਰਾਹੁਲ ਗਾਂਧੀ ਨੂੰ ਬਹੁਤ ਫੋਲੋ ਕਰਦਾ ਦੱਸ ਮਾੜੀ ਜੀ ਰਾਹੁਲ ਗਾਂਧੀ ਬਾਰੇ ਹਾਂ ਰਾਹੁਲ ਗਾਂਧੀ ਵੀ ਛੜਾ ਦੇਖ ਲਓ ਕਿੰਨੇ ਏਜ ਹੋ ਗਈ ਉਹਦੀ ਰਾਹੁਲ ਗਾਂਧੀ ਵੀ ਛੜਾ ਮੈਨੂੰ ਵਧੀਆ ਲੱਗਦਾ ਰਾਹੁਲ ਗਾਂਧੀ ਤੇ ਵੀਰ ਇੱਕ ਹੋਰ ਗੱਲ ਜਿਵੇਂ ਤੁਸੀਂ ਆਪਣੇ ਫੈਨਸ ਨੂੰ ਪਿੰਡ ਆ ਕੇ ਮਿਲਣ ਤੋਂ ਮਨਾ ਕਰਦੇ ਹੋ ਉਹਦਾ ਕੀ ਕਾਰਨ ਹੈ ਦੇਖੋ ਪਿੰਡ ਹੁਣ ਅਸੀਂ ਵੀਡੀਓ ਵਗੈਰਾ ਬਣਾਉਣੇ ਹੁੰਦੇ ਅਸੀਂ ਜਾਂ ਕੋਈ ਘਰ ਦੇ ਕੰਮ ਅਸੀਂ ਖੇਤੀਬਾੜੀ ਕਰਦੇ ਹਾਂ ਹੁਣ 10-15 ਜਾਣੇ ਆ ਗਏ ਠੀਕ ਹੈ ਚਲੋ ਮਿਲ ਲਿਆ ਬਾਗੇ ਆ ਗਏ 10-15 ਹੋਰ ਆ ਗਏ ਮਤਲਬ ਕਿ ਸਾਰਾ ਦਿਨ ਹੀ ਸਾਡਾ ਇੱਦਾਂ ਹੀ ਲੰਘ ਜਾਂਦਾ ਹੁਣ ਆਪਾਂ ਗੱਲ ਕਰਦੇ ਗੁਰਵਿੰਦਰ ਵੀਰ ਨਾਲ ਤੁਹਾਡਾ ਕੀ ਸੀਨ ਹੈ ਵਿਆਹ ਬਾਰੇ ਇਹਨਾਂ ਨੇ ਤਾਂ ਦੱਸਤਾ ਛੜੇ ਰਹਿਣਗੇ ਦੇਖੋ ਸਾਡਾ ਸਾਰੀ ਟੀਮ ਦਾ ਇੱਕੋ ਹੀ ਆ ਅਸੀਂ ਸਾਰੇ ਸਾਡੀ ਸਾਰੀ ਟੀਮ ਕੋਈ ਵਿਆਹ ਨਹੀਂ ਕਰਾਉਂਦੀ ਇੱਦਾਂ ਸਾਰੇ ਮੈਂ ਇਕੱਠੇ ਰਹਾਂਗੇ ਨਿਆਰੇ ਆਪਦੇ ਰੋਟੀ ਲਾਇਆ ਕਰ ਆਪ ਹੀ ਖਾਇਆ ਕਰਾਂਗੇ ਸਿੱਧੀ ਗੱਲ ਹੈ ਹੁਣ ਕਿੱਥੇ ਖਰਚੇ ਚੱਕੇ ਆਏ ਖਰਚ ਤਾਂ ਉੱਦਾਂ ਨਹੀਂ ਪੂਰਾ ਹੁੰਦਾ ਤੁਹਾਨੂੰ ਪਤਾ ਹੋਣਾ ਅਸੀਂ ਜਾਣੇ ਹੁਣ ਕਿਸੇ ਪਾਸੇ ਚਲੋ ਠੀਕ ਹੈ ਤੁਹਾਡਾ ਤਿੰਨਾਂ ਦਾ ਸਰ ਜੂਗਾ ਜਿਹੜੇ ਬਾਕੀ ਨੇ ਤੁਸੀਂ ਨਾਲ ਜੋੜੇ ਹੋਏ ਮੁੰਡੇ ਪਿੰਡ ਦੇ ਨਾ ਚਾਹੇ 4-5 ਕੁ ਜਾਣੇ ਆ 5 ਕੁ ਜਾਣੇ 5-6 ਕੁ ਜਾਣੇ ਉਹਨਾਂ ਵਿਆਹ ਨਹੀਂ ਹੋਇਆ ਕੋਈ ਕੋਈ ਵੀ ਨਹੀਂ ਵਿਆਹ ਹੋਇਆ ਨਾ ਨਾ ਜੀ ਸਾਰੇ ਕਹਿੰਦੇ ਛੜੇ ਕੋਈ ਨਹੀਂ ਵਿਆਹ ਰੋਟੀ ਮੈਂ ਤਾਂ ਰੋਟੀ ਵੀ ਬਣਾਉਣ ਬਣਾਉਣ ਜਾਣਦਾ ਦਾਲ ਸਬਜ਼ੀ ਸਾਰਾ ਕੁਝ ਆਪ ਬਣਾਉਣ ਜਾਣਦੇ ਆ ਸਾਨੂੰ ਉਹ ਕਿਹੜਾ ਕੰਮ ਆ ਵੀ ਜਿਹੜਾ ਖੇਤੀ ਤੋਂ ਲੈ ਕੇ ਨਹੀਂ ਕਰਨਾ ਹੁੰਦਾ ਸਾਨੂੰ ਅਸਲ 'ਚ ਲੋਕ ਕਹਿੰਦੇ ਨੇ ਵੀ ਜਿੱਦਾਂ ਵੀ ਕਾਲੇ ਤੇਲ ਵਾਲੇ ਵੀ ਇਹ ਬੰਦੇ ਯਾਰ ਕੁਛ ਵੀ ਕਰ ਸਕਦਾ ਕੀ ਬਾਤ ਹੈ ਜੀ ਹੁਣ ਆਪਾਂ ਗੱਲ ਕਰਦੇ ਮੇਨ ਮੁੱਦੇ ਤੇ ਭੋਲਾ ਬਣੂਗਾ ਸਟਾਰ ਆ ਰਹੀ ਹੈ ਬਹੁਤ ਜਲਦੀ ਇੱਕ ਵਾਰ ਫੇਰ ਮੁਬਾਰਕਾਂ ਤੇ ਪੋਸਟਰ ਬਹੁਤ ਸੋਹਣਾ ਆਇਆ ਤੇ ਸਾਰੇ ਪਾਸੇ ਲੋਕ ਪਿਆਰ ਵੀ ਬਹੁਤ ਦੇ ਰਹੇ ਨੇ ਪੂਰਾ ਹਰ ਪਾਸੇ ਖਬਰਾਂ ਤੇ ਹਰ ਸੋਸ਼ਲ ਮੀਡੀਆ ਉੱਤੇ ਦੇਖਿਆ ਜਾ ਰਿਹਾ ਪੋਸਟਰ ਹੈ ਨਾ ਜੀ ਹਾਂਜੀ ਤੇ ਪਰ ਥੋੜਾ ਜਿਹਾ ਦੱਸ ਦਿਓ ਕਿ ਕਿੱਦਾਂ ਦੀ ਹੈ ਭੋਲਾ ਬਣੂਗਾ ਸਟਾਰ ਇਹਦੇ ਵਿੱਚ ਭੋਲਾ ਕੌਣ ਹੈਗਾ ਜਿਹੜਾ ਭੋਲਾ ਨਾਮ ਆ ਉਹ ਸਾਡੇ ਪ੍ਰੋਡਿਊਸਰ ਦਾ ਹੀ ਹੈ ਉਹਦਾ ਨਾਮ ਠੀਕ ਆ ਬਾਕੀ ਜਿਹੜੇ ਤੁਹਾਨੂੰ ਅਸਲ ਪੂਰੀ ਵੈਬ ਸੀਰੀਜ਼ ਉਹ ਤੁਹਾਨੂੰ ਦੇਖਣ ਤੋਂ ਬਾਅਦ ਹੀ ਮਿਲਣਾ ਮੈਂ ਸ਼ਾਰਟ ਕੱਟ ਗੱਲਾਂ ਦੱਸ ਦੇਣਾ ਵੀ ਜਿੱਦਾਂ ਵੀ ਸਾਡੇ ਪਿੰਡਾਂ ਵਾਲੇ ਮੁੰਡੇ ਇੱਕ ਸਟਰਗਲ ਕਰਦੇ ਨੇ ਹਨਾ ਵੀ ਅਸੀਂ ਯਾਰ ਕੋਈ ਫੇਮਸ ਹੋਣਾ ਜੀ ਸਿੰਗਰ ਬਣਨਾ ਉਹ ਨੋਰਮਲੀ ਗੱਲ ਆ ਉਹ ਕਿਸੇ ਮੰਨ ਕੇ ਚੱਲ ਏਜੰਟਾਂ ਦੇ ਧੱਕੇ ਕਹਿ ਦਿਓ ਜਾਂ ਪ੍ਰੋਡਿਊਸਰਾਂ ਦੇ ਧੱਕੇ ਚੜ੍ਹ ਜਾਂਦੇ ਨੇ ਉਹ ਕੀ ਕਰਦੇ ਨੇ ਉਹਨਾਂ ਨੂੰ ਬੌਂਡ ਕਰ ਲੈਂਦੇ ਨੇ ਉਸਦੇ ਵਿੱਚ ਉਹਨਾਂ ਦੀ ਬੜੀ ਲਾਈਫ ਬੜਾ ਮੰਨ ਕੇ ਚੱਲ ਕਈ ਕਈ ਸਾਲ ਬਰਬਾਦ ਹੋ ਜਾਂਦੇ ਨੇ ਉਹ ਫਿਰ ਵੀ ਕੁਛ ਨਹੀਂ ਕਰ ਸਕਦੇ ਅਸੀਂ ਉਹਨੂੰ ਇੱਕ ਸਾਡਾ ਦੇਸੀ ਤੜਕਾ ਟੀਮ ਆਈ ਸਾਨੂੰ ਆ ਕੇ ਦੱਸਿਆ ਅਸੀਂ ਆਖਿਆ ਵੀ ਤਾਂ ਸਾਡੀ ਰੀਅਲਟੀ ਜੀ ਕਹਾਣੀ ਲੱਗਦੀ ਆ ਵੀ ਅਸੀਂ ਸੁੱਟਣਾ ਇਹ ਕੰਮ ਕਰਦੇ ਹਾਂ ਅਸੀਂ ਵਧੀਆ ਪ੍ਰੋਜੈਕਟ ਉਹਨਾਂ ਨਾਲ ਮਿਲ ਕੇ ਕੈਮਰਿਆਂ 'ਤੇ ਵਧੀਆ ਸ਼ੂਟ ਕਰਿਆ ਉਹਦੇ ਵਿੱਚ ਦੱਸਿਆ ਸੀ ਮੈਸੇਜ ਬੜੇ ਤਕੜੇ ਤਕੜੇ ਮੈਸੇਜ ਨੇ ਬੜੇ ਤਕੜੇ ਸੁਨੇਹੇ ਨੇ ਵੀ ਤੁਸੀਂ ਪੈਸਾ ਨਾ ਬਰਬਾਦ ਕਰੋ ਵੀ ਇੱਕ ਫੇਮਸ ਹੋਣ ਲਈ ਹਨਾ ਵੀ ਇੱਕ ਪ੍ਰੋਡਿਊਸਰ ਬਹੁਤ ਧੱਕਾ ਕਰਦੇ ਨੇ ਜ਼ਿਆਦਾਤਰ ਇਹ ਸਿੰਗਰਾਂ ਦੀ ਜਿਹੜੀ ਜ਼ਿਆਦਾਤਰ ਅੱਜ ਇੰਡਸਟਰੀ ਵਿੱਚ ਕਾਮਯਾਬ ਨੇ ਉਹਨਾਂ ਦੀ ਇਹ ਰੀਅਲ ਕਹਾਣੀ ਹੈ ਰੀਅਲ ਕਹਾਣੀ ਇਹ ਤਾਂ ਗੱਲ ਹੋ ਗਈ ਅਤੇ ਹੁਣ ਪ੍ਰੋਡਿਊਸਰ ਵੀਰਾ ਮੇਨ ਆਪਾਂ ਗੱਲ ਕਰੀਏ ਮੇਨ ਲੀਡ ਅਤੇ ਕੰਮ ਭੋਲੇ ਦਾ ਕਰੈਕਟਰ ਜਿਹੜਾ ਹੈ ਪ੍ਰੋਡਿਊਸਰ ਵੀਰ ਦਾ ਹੈ ਨਾ ਅਤੇ ਆਪਣੇ ਕਰੈਕਟਰ ਬਾਰੇ ਥੋੜ੍ਹਾ ਜਿਹਾ ਦੱਸ ਦਿਓ ਕਿ ਉਹ ਰੀਅਲ ਸਟੋਰੀ ਹੈ ਕਿਸੇ ਸਿੰਗਰ ਦੀ ਜਾਂ ਮਤਲਬ ਕਿ ਬਣਾਈ ਹੋਈ ਹੈ ਉਹ ਵੈਸੇ ਤਾਂ ਕਿਸੇ ਸਿੰਗਰ ਦੀ ਰੀਅਲ ਸਟੋਰੀ ਹੈ ਬਟ ਉਹ ਅੱਜ ਕੱਲ੍ਹ ਜਿਹੜੇ ਵੀ ਸਿੰਗਰ ਆ ਰਹੇ ਨੇ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਸਿੰਗਰਾਂ ਦਾ ਹੜ੍ਹ ਬੜਾ ਪਿਆ ਜੀ ਬਿਲਕੁਲ ਇੰਨੇ ਜ਼ਿਆਦਾ ਸਿੰਗਰ ਨੇ ਉਹ ਸਾਰੇ ਸਿੰਗਰਾਂ ਦੀ ਢੁੱਕਦੀ ਹੈ ਕਿਉਂਕਿ ਜਿਹੜੇ ਵੀ ਸਿੰਗਰ ਆਉਂਦੇ ਨੇ ਹਰ ਇੱਕ ਗਰੀਬ ਕੋਲ ਹੀ ਸਿੰਗਰ ਉੱਠਦੇ ਨੇ ਵਿਚਾਰੇ ਕਿਉਂਕਿ ਇਹਨਾਂ ਕੋਲ ਟੈਲੈਂਟ ਜਿਹੜਾ ਹੁੰਦਾ ਉਹ ਹਮੇਸ਼ਾ ਗਰੀਬ ਦੇ ਘਰ ਹੀ ਹੁੰਦਾ ਹਾਂਜੀ ਹਾਂਜੀ ਗਰੀਬ ਘਰੋਂ ਹੀ ਉੱਠੇ ਨੇ ਸਾਰੇ ਇਹਨਾਂ ਕੋਲ ਪੈਸੇ ਨਹੀਂ ਹੁੰਦੇ ਵੀਡੀਓ ਬਣਾਉਣ ਵਾਸਤੇ ਜਾਂ ਮਤਲਬ ਕਿ ਗਾਣਾ ਕੁਛ ਵੀ ਕਰਨ ਵਾਸਤੇ ਇਹ ਫਿਰ ਆ ਕੇ ਵਿਚਾਰੇ ਪਹਿਲਾਂ ਬੌਂਡ ਹੁੰਦੇ ਨੇ ਫਿਰ ਉਹਨਾਂ ਤੋਂ ਉਹ ਵੀਡੀਓ ਬਣਾਉਂਦੇ ਨੇ ਫਿਰ ਅੱਗੇ ਅੱਗੇ ਜਾ ਕੇ ਤਰੱਕੀ ਕਰਦੇ ਨੇ ਤੇ ਗੁਰਵਿੰਦਰ ਵੀਰਾ ਵੀ ਇਸ ਫਿਲਮ ਦੇ ਵਿੱਚ ਫੀਚਰ ਕਰ ਰਿਹਾ ਤੇ ਤੁਹਾਡਾ ਕਰੈਕਟਰ ਬਾਰੇ ਆਪਣੇ ਥੋੜਾ ਜਿਹਾ ਦੱਸ ਦਿਓ ਮੈਂ ਜੀ ਭੋਲੇ ਦਾ ਯਾਰ ਹਾਂ ਜੀ ਠੀਕ ਹੈ ਨਾ ਬਾਕੀ ਤਾਂ ਤੁਹਾਨੂੰ ਪਤਾ ਹੀ ਉਹਦੇ ਵਿੱਚ ਕਮੇਡੀ ਪੂਰੀ ਫੁੱਲ ਆ ਜੀ ਤੇ ਬਾਕੀ ਹੁਣ ਸਾਰੀ ਵੈਬ ਸੀਰੀਜ਼ ਦੇਖ ਕੇ ਫਿਰ ਹੀ ਤੁਹਾਨੂੰ ਪਤਾ ਲੱਗੂ ਜੀ ਠੀਕ ਹੈ ਨਾ ਇੱਕ ਸਾਡਾ ਅਮਨ ਚੇਅਰਮੈਨ ਉਹ ਸਾਡਾ ਅੱਜ ਪਹੁੰਚਿਆ ਨਹੀਂ ਗਿਆ ਤੇ ਉਹ ਕਣਕ ਕਣਕ ਵੜਦਾ ਹੀ ਕਿਉਂਕਿ ਸਾਡਾ ਕੰਮ ਖੇਤੀ ਦਾ ਹੀ ਨਾ ਆਪਾਂ ਗੱਲ ਕਰੀਏ ਇਹ ਹਰ ਇੱਕ ਜਿੰਨੀ ਵੀ ਵੈਬ ਸੀਰੀਜ਼ ਬਣਦੀ ਹੈ ਜਿੰਨੀਆਂ ਫਿਲਮਾਂ ਬਣਦੀਆਂ ਜਿੰਨੇ ਗਾਣੇ ਬਣਦੇ ਸਾਰੇ ਇਹ ਗੱਲ ਕਹਿੰਦੇ ਆ ਜੀ ਟੀਮ ਵਾਲੇ ਕਿ ਸਾਡੀ ਵੱਖਰੀ ਹੋਊਗੀ ਆਪਾਂ ਸਿੱਧੀ ਗੱਲ ਕਹਿੰਦੇ ਹਾਂ ਹੈ ਨਾ ਸਾਰੀ ਸਾਰਿਆਂ ਦੀ ਵੱਖਰੀ ਹੁੰਦੀ ਹੈ ਅਤੇ ਜੇ ਆਪਾਂ ਗੱਲ ਕਰੀਏ ਇਹਦੇ ਵਿੱਚ ਕਿਉਂਕਿ ਵੈਬ ਸੀਰੀਜ਼ ਕਾਫੀ ਆਈਆਂ ਹੈ ਨਾ ਯਾਰ ਜਿਗਰੀ ਕੇ ਸੁਪਰ ਜਿਗਰੀ ਤੋਂ ਇੱਕ ਮਿੰਟ ਜਿਹੜੀ ਵੈਬ ਸੀਰੀਜ਼ ਦੀ ਗੱਲ ਦੱਸਣੀ ਤੁਹਾਨੂੰ ਵੈਬ ਸੀਰੀਜ਼ ਤੋਂ ਹੀ ਗੱਲ ਛੇੜੀ ਆ ਇਹ ਵੈਬ ਸੀਰੀਜ਼ ਦਾ ਜਿਹੜਾ ਅਸਲੀ ਸਿਰ ਹੈ ਜੀ ਵੈਬ ਸੀਰੀਜ਼ ਬਣਾਉਣ ਦਾ ਟ੍ਰੈਂਡ ਚੱਲਿਆ ਹੁਣ ਯੂਟਿਊਬ 'ਤੇ ਵੀ ਵੈਬ ਸੀਰੀਜ਼ ਬਣਾਓ ਇਹ ਅਸਲੀ ਸਿਰ ਹੈ ਇਹ ਮੰਨ ਕੇ ਚੱਲੇ ਸਾਡੀ ਸਾਡੀ ਟੀਮ ਨੂੰ ਜਾਂਦਾ ਹੈ
ਪੂਰੀ ਸੁਪਰ ਹਿੱਟ ਹੋਵੇ ਅਤੇ ਮੋਹਿਤ ਵਰਮਾ ਵੀਰੇ ਨੂੰ ਮੇਰੇ ਵੱਲੋਂ ਗੁਰਸੇਵਕ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ ਦੇਸੀ ਤੜਕਾ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਸਾਡਾ ਭਰਾ ਕਮਲ ਲਹਿਲ ਉਹ ਡਾਇਰੈਕਟ ਕਰ ਰਿਹਾ ਹੈ ਨਾ ਹਾਂਜੀ ਉਹਨੂੰ ਬਹੁਤ ਬਹੁਤ ਮੁਬਾਰਕਾਂ ਸ਼ੈਲੀ ਡੀ ਬਸ ਲਾਸਟ ਤੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਦੇਸੀ ਤੜਕਾ ਦੇ ਜਿਹੜੀ ਚੈਨਲ ਦੇ ਬੁੱਧਵਾਰ ਨੂੰ ਸਾਡੀ ਵੀਡੀਓ ਆਇਆ ਕਰੂ ਸ਼ਾਮ ਨੂੰ 5 ਵਜੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਦੇਸੀ ਤੜਕਾ ਚੈਨਲ ਬਾਰੇ ਜ਼ਰੂਰ ਧਿਆਨ ਦੇਣਾ ਜੇ ਤੁਹਾਨੂੰ ਚੰਗਾ ਲੱਗਿਆ ਚੈਨਲ ਸਬਸਕ੍ਰਾਈਬ ਕਰ ਲਿਓ ਪਰ ਵੀਡੀਓ ਜ਼ਰੂਰ ਦੇਖ ਕੇ ਸਬਸਕ੍ਰਾਈਬ ਤਾਂ ਸਾਰਿਆਂ ਨੇ ਕਰਿਆ ਹੋਇਆ ਇੰਡਸਟਰੀ ਦੀ ਸਭ ਤੋਂ ਪਹਿਲੀ ਤੇਜ਼ ਅਪਡੇਟ ਸਾਨੂੰ ਪਤਾ ਨਾ ਪਰ ਅਸੀਂ ਨਾ ਥੋੜਾ ਜਿਹਾ ਅਲੱਗ ਤਰੀਕੇ ਨਾਲ ਕਹਿਣਾ ਉਹਨਾਂ ਜਿੱਦਾਂ ਵੀ ਲੋਕਾਂ ਨੂੰ ਅਸਲੀਅਤ ਗੱਲ ਲੱਗੇ ਹਾਂਜੀ ਅਸਲੀਅਤ ਗੱਲ ਲੱਗੇ ਸਾਡਾ ਕਹਿਣਾ ਤਰੀਕਾ ਕਰਨਗੇ ਜੀ ਤੁਹਾਡਾ ਵੀ ਚੈਨਲ ਮੈਂ ਕਹਿਣਾ ਚੈਨਲ ਸਤਰੰਗ ਤੁਹਾਡਾ ਬਹੁਤ ਚੈਨਲ ਫੇਮਸ ਹੈ ਜੀ ਤੁਹਾਡਾ ਬਹੁਤ ਵਧੀਆ ਤੁਸੀਂ ਸਟਾਰ ਕਲਾਕਾਰ ਬਣਾਉਂਦੇ ਹੋ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਇੱਕ ਨਾ ਚੈਨਲ ਇੱਕ ਜ਼ਰੀਆ ਬਣਦਾ ਵੀ ਇੱਕ ਕਿਸੇ ਨੂੰ ਪ੍ਰਮੋਟ ਕਰਨ ਦਾ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਇੱਥੇ ਗੱਲਬਾਤ ਸੁਣੀ ਅਤੇ ਸਾਡੀ ਤੁਸੀਂ ਮੰਨ ਕੇ ਚੱਲ ਗੱਲਾਂ ਲੋਕਾਂ ਤੱਕ ਮੈਸੇਜ ਸਾਡਾ ਪਹੁੰਚਾਓਗੇ ਤੁਹਾਡੇ ਜ਼ਰੀਏ ਅਸੀਂ 4 ਲੋਕਾਂ ਨੂੰ ਹੋਰ ਜਾਣਨ ਲੱਗਾਂਗੇ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਤੁਹਾਡੇ ਡੈਡੀ ਜੀ ਦਾ ਬਹੁਤ ਵੱਡਾ ਨਾਮ ਰਿਹਾ ਇੰਡਸਟਰੀ ਦੇ ਵਿੱਚ ਉਹਨਾਂ ਨੇ ਮੈਂ ਉਹਨਾਂ ਦੇ ਪਹਿਲਾਂ ਗੱਲਾਂ ਬਾਤਾਂ ਕਰ ਰਿਹਾ ਸੀਗਾ 2000 ਵੀਡੀਓ ਕਿਤੇ ਕਹਿ ਦੇਣ ਦੀ ਗੱਲ ਨਹੀਂ ਉਹਨਾਂ ਨੇ ਮੰਨ ਕੇ ਚਲੋ ਮੈਂ ਉਹਨਾਂ ਦੀ ਗੱਲਾਂ ਸੁਣ ਰਿਹਾ ਸੀ ਉਹ ਕਹਿੰਦੇ ਵੀ ਸਰਜੀਤ ਵਰਿੰਦਰ ਰੱਖੀ ਤੋਂ ਲੈ ਕੇ ਬੱਬੂ ਮਾਨ ਤੱਕ ਜਿਹੜੀਆਂ ਹਿੱਟ ਵੀਡੀਓ ਨੇ ਮੰਨ ਕੇ ਚੱਲ ਹਿੱਟ ਵੀਡੀਓ ਜਦੋਂ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਪਤਾ ਨਹੀਂ ਸੀਗਾ ਵੀ ਉਸ ਟਾਈਮ 'ਤੇ ਅੱਜ ਕੱਲ੍ਹ ਤਾਂ ਹਰ ਇੱਕ ਅੱਜ ਕੱਲ੍ਹ ਤਾਂ ਹਰ ਇੱਕ ਹੀ ਪਤਾ ਵੀ ਚੱਕੀ ਵੀਡੀਓ ਡਾਇਰੈਕਟ ਕਰ ਲਈ ਉਸ ਟਾਈਮ 'ਤੇ ਮੇਰੇ ਹਿਸਾਬ ਨਾਲ ਜਦੋਂ ਮੈਂ ਗੱਲਾਂ ਉਹਨਾਂ ਨੇ ਸੁਣੀਆਂ ਉਸ ਟਾਈਮ 'ਤੇ ਵੀਡੀਓ ਐਡੀਆਂ ਕਨਸੈਪਟਾਂ ਦਿਮਾਗ ਦੇ ਵਿੱਚ ਲੈ ਕੇ ਆਉਣੀਆਂ ਉਹ ਕਿਸੇ ਨੂੰ ਪਤਾ ਹੀ ਨਹੀਂ ਸੀਗਾ ਉਹ ਮੈਂ ਗੱਲਾਂ ਸੁਣੀਆਂ ਵੀ ਬੜੀਆਂ ਘੈਂਟ ਸਰਜੀਤ ਵਰਿੰਦਰ ਰੱਖਿਆ ਬੱਬੂ ਮਾਨ ਦੀ ਵੀਡੀਓ ਬਣਾਈਆਂ ਕਿੰਨੀਆਂ ਹਿੱਟ ਹਿੱਟ ਵੀਡੀਓ ਬਣਾਈਆਂ ਜੋ ਕਿ ਬੰਦਾ ਮੈਨੂੰ ਮੈਂ ਤਾਂ ਉਹਨਾਂ ਦਾ ਤੁਹਾਡੇ ਬਾਪ ਸਾਹਿਬ ਦਾ ਵੀ ਮੈਨੂੰ ਬਹੁਤ ਵਧੀਆ ਲੱਗਿਆ ਉਹਨਾਂ ਦਾ ਇੱਕ ਵੀ ਫੈਨ ਦੀ ਤਰ੍ਹਾਂ ਹੀ ਕਹਿ ਸਕਦਾ ਥੈਂਕ ਯੂ ਵੀਰੇ ਸੋ ਮੱਚ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਇਸੇ ਤਰ੍ਹਾਂ ਜੀ ਸਤਰੰਗ ਸੈਲੀਬ੍ਰਿਟੀ ਦੇ ਵੀ ਤੁਹਾਨੂੰ ਨਵੀਂ ਨਵੀਂ ਸੈਲੀਬ੍ਰਿਟੀਜ਼ ਦੇ ਨਾਲ ਰੂਬਰੂ ਕਰਵਾਉਂਦੇ ਰਹਾਂਗੇ ਮਿਲਾਂਗੇ ਸਤਰੰਗ ਸੈਲੀਬ੍ਰਿਟੀ ਦੇ ਅਗਲੇ ਐਪੀਸੋਡ ਦੇ ਵਿੱਚ ਨਵੀਂ ਸੈਲੀਬ੍ਰਿਟੀਜ਼ ਦੇ ਨਾਲ ਤਦ ਤੱਕ ਦਿਓ ਸਾਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਫੈਮਿਲੀ ਕਲਾਕਾਰ ਗੁਰਚੇਤ ਚਿੱਤਰਕਾਰ ਤੁਹਾਨੂੰ ਇੰਟਰਵਿਊ ਪਸੰਦ ਆਈ ਹੈ ਨਾ ਤਾਂ ਫਿਰ ਚੈਨਲ ਨੂੰ ਸਬਸਕ੍ਰਾਈਬ ਕਰੋ